कि जिहड़े दलित भाईचारा हैगा उन्हें गुरु ग्रंथ साहिब ते अपना दावा ही छड्ड दिता। गुरु ग्रंथ साहिब ते दावा उन्हें छड्डिया, असल विच होया कि भी जदों ना पिंडां विच गुरद्वारा साहिब बनन लग पे ना, ते तुसीं देखो पिंडां विच जट ही गुरद्वारां दे प्रधान बनदे। किते किसी गुरद्वारे दा देखिया तुसीं कि अरदास जी बंदा हैगा, जला हैगा, रामगढ़िया हैगा, देखिया किते गुरद्वारा जरल गुरद्वारे दा? उन्होंने की किया, फिर अपने नवें गुरद्वारे बना ले। नवे गुरद्वारे ना चले, घट गए, उन्ना काम नहीं कर सके, फिर उन्हें डेरे में चले गए। कोई सरसे चला गया, कोई ब्यास चला गया। सारिया कास्टा ने जिमीदार उपर चकन वास्ते बड़ा मेहनत की। ना ही वो नौ कटता सी, पहला सिर मुंडे सके, तो कमार वो वास्ते घड़े बना, खेतों में घड़े पानी रखे होंगे सके। चोर जरा पानी भर के लिया करता सड़िया के, चोर का काम पानी भरना हों, जिहड़ा अरदासिया सीगा जिहड़ा जुत्तियां करदा सीगा उहदा काम जुत्तियां करना हुंदा सीगा, जिहड़ा मजबी सीगा जिहनूं बालमी कहिंदे आ उहदा काम साफ सफाई करना हुंदा सीगा, ते जिहड़ा सुनार सीगा उहदे ब्याहां दे विच काम आउंदा सीगा। गुरद्वारिआं दे विच छोटे दलतां दीआं लाइनां अड्ड लग के लंगर छकाउंदे सीगे। फिर अजकल तां इह चीज़ चेंज हो गई आ। अज भी बहुत सारे उत्थे जाओ, उत्थे गुरद्वारा हैगा बठिंडे दे कोले रूमी वाला, उत्थे अज भी लाइनां वख लगदीआं ने। गुरद्वारा साहिब दे विच श्रोमणी कमेटी नूं पता, प्रधान जांदा उत्थे, बादल साहब उत्थे जांदे आ। जिहड़े बाई धार दे राजे सी ना अदब, उन्होंने कहा सी गुरु गोबिंद सिंह पातशाह नूं भी इहना चूड़े चमाता बस कह दिओ, इहना तों तुसीं अलग सानूं अमृत छका दिओ तां असीं तुहाडे चेले बण जावांगे। अच्छा जी। उह कहिंदे नहीं, इह तां मैं तोड़न वास्ते, गुरु गोबिंद सिंह ने कहा इह तां तोड़न वास्ते मैं सिख धर्म बना रहा, पंथ बना रहा, जेकर इह तुसीं मुड़ के फिर पंथ च लैके आ गए तां बाकी रह गया। अज उह बाई धार तों जिहड़े राजे सीगे पहाड़ी राजे, अज उह पहाड़ी राजे साडे सिख धर्म दे मालक बन गए। पत्रकार दी मौत लिख के ਤੁਸੀਂ ਕਿਤੇ ਪੱਤਰਕਾਰਾਂ ਨੂੰ ਆਪਦੇ ਵਿਰੁੱਧ ਤਾਂ ਨਹੀਂ ਕਰ ਲਿਆ ਜੀ? ਪੱਤਰਕਾਰ ਮੇਰਾ ਬਾਈਕਾਟ ਕੀਤਾ, ਅੱਜ ਵੀ ਮੇਰਾ ਪਟਿਆਲੇ ਦੇ ਮੀਡੀਆ ਕਲੱਬ ਦੇ ਵਿੱਚ ਅੱਜ ਵੀ ਮੇਰਾ ਬਾਈਕਾਟ ਹੈ। ਪੱਤਰਕਾਰ ਦੀ ਮੌਤ ਨੇ ਮੇਰੇ ਨਾਲ ਕਈ ਪੱਤਰਕਾਰ ਖਫਾ ਕੀਤੇ, ਕਈ ਅਖਬਾਰ ਖਫਾ ਕੀਤੇ ਮੇਰੇ ਨਾਲ। ਤੇ ਕਿਹੜੀ ਕਾਨੂੰਨ ਦੀ ਜਾਣਕਾਰੀ ਦਿੰਦੀ ਹੈ ਇਹ ਕਿਤਾਬ? 98 ਇਹ ਹੁੰਦੀ ਆ ਦਾਜ ਦੀ ਧਾਰਾ। ਇਹ ਜਿਹੜੀ ਕੁੜੀ ਕਹਿੰਦੇ ਆਪਣੇ ਮਾਂ ਬਾਪਾਂ ਤੋਂ ਵਿਆਹ ਤੋਂ ਬਾਅਦ ਪੜ੍ਹਾਈ ਲੈਂਦੀ ਰਹਿੰਦੀ ਹੈ ਨਾ, ਉਹਨੂੰ ਤਲਾਕ ਦੀ ਡਿਗਰੀ ਬਹੁਤ ਸੱਤੀ ਮਿਲ ਜਾਂਦੀ, ਤਲਾਕ ਨੂੰ ਫੜਦੇ ਹੀ ਹੁੰਦਾ। ਇਹ ਕਿਤਾਬ 97 ਇਹ ਉਹ ਉਹਨਾਂ ਧੀਆਂ ਵਾਸਤੇ, ਉਹਨਾਂ ਭੈਣਾਂ ਵਾਸਤੇ ਜਿਹੜੀ ਜ਼ਿੰਦਗੀ ਸਹੀ ਤਰੀਕੇ ਨਾਲ ਜਿਉਣਾ ਚਾਹੁੰਦੀਆਂ ਨੇ, ਇਹ ਕਿਤਾਬ ਉਹ ਪੜ੍ਹ ਲੈਣ ਤਾਂ ਉਹਨਾਂ ਦੇ ਘਰੇ ਕਦੇ ਝਗੜਾ ਨਹੀਂ ਹੋਵੇ। ਸਤਿ ਸ਼੍ਰੀ ਅਕਾਲ ਜੀ। ਪ੍ਰੋਗਰਾਮ ਸਾਹਿਤਿਕ ਤੰਦਾਂ ਲੈ ਕੇ ਮੈਂ ਅਦਬ ਹਾਜ਼ਰ ਹੋਇਆ ਹਾਂ। ਜਿਵੇਂ ਕਿ ਤੁਹਾਨੂੰ ਪਤਾ ਹੀ ਆ ਕਿ ਆਪਾਂ ਹਰ ਵਾਰੀ ਪ੍ਰੋਗਰਾਮ ਸਾਹਿਤਿਕ ਤੰਦਾਂ ਵਿੱਚ ਤੁਹਾਡੇ ਰੂਬਰੂ ਕਿਸੇ ਸਾਹਿਤਕਾਰ ਨੂੰ ਕਰਵਾਉਂਦੇ ਹਾਂ, ਅਤੇ ਅੱਜ ਵੀ ਸਾਡੇ ਵਿਹੜੇ ਜੋ ਸਾਹਿਤਕਾਰ ਆਏ ਹੋਏ ਨੇ, ਮੈਂ ਤੁਹਾਨੂੰ ਦੱਸ ਦੇਵਾਂ ਕਿ ਪਟਿਆਲਾ ਤੋਂ ਜਦੋਂ ਚੀਕੇ ਨੂੰ ਜਿਹੜੀ ਰੋਡ ਜਾਂਦੀ ਆ, ਪਟਿਆਲਾ ਤੋਂ 14 ਕਿਲੋਮੀਟਰ ਦੀ ਵਿੱਥ 'ਤੇ ਅਕਾਲਗੜ੍ਹ ਪਿੰਡ ਆ ਜਿਹੜਾ ਬਾਬਾ ਬੰਦਾ ਸਿੰਘ ਬਹਾਦਰ ਜੀ ਨੇ ਵਸਾਇਆ ਸੀ, ਉੱਥੇ ਉਹਦਾ ਲੇਖਕ ਦਾ ਜਨਮ ਹੋਇਆ। ਅਤੇ ਬੜੀ ਛੋਟੀ ਉਮਰੇ ਨਾਵਲ ਲਿਖਣ ਲੱਗਿਆ, ਅਤੇ ਨਾਵਲ ਐਸਾ ਲਿਖਿਆ ਕਿ ਨਾਵਲ ਜਦੋਂ ਲਿਖਿਆ ਉਸ ਤੋਂ ਬਾਅਦ ਉਹੀ ਨਾਵਲ ਉਹਨੂੰ ਪੱਤਰਕਾਰਤਾ ਦੇ ਖੇਤਰ ਵਿੱਚ ਲੈ ਆਇਆ, ਅਤੇ ਬੜਾ ਲੰਬਾ ਤਜ਼ਰਬਾ ਜਿਹਦੇ ਵਿੱਚ 7 ਕਿਤਾਬਾਂ ਉਹਨਾਂ ਦੀਆਂ ਸਾਹਿਤ ਦੀਆਂ ਆਈਆਂ ਹੋਈਆਂ। ਇਸ ਤੋਂ ਇਲਾਵਾ ਲੰਬਾ ਚੌੜਾ ਤਜ਼ਰਬਾ ਹੈਗਾ ਪੱਤਰਕਾਰਤਾ ਦੇ ਵਿੱਚ, ਸਮਾਜ ਦੇ ਹਰ ਇੱਕ ਪਹਿਲੂ ਬਾਰੇ ਉਹਨਾਂ ਨੇ ਨਿੱਠ ਕੇ ਲਿਖਿਆ, ਧਰਮ ਜ਼ਾਤ ਹਰ ਇੱਕ ਵਿਤਕਰੇ ਨੂੰ ਵੀ ਛੋਇਆ, ਅਤੇ ਉਹਨਾਂ ਦਾ ਮੈਂ ਕਹਿਣਾ ਸਵਾਗਤ ਕਰਦੇ ਹਾਂ ਗੱਲਾਂ ਬਾਤਾਂ 'ਚ ਨਾ ਉਲਝੀਏ। ਸੋ ਪਹਿਲਾਂ ਸਵਾਗਤ ਹੈ ਸਰ ਤੁਹਾਡਾ, ਗੁਰਨਾਮ ਸਿੰਘ ਅਕੀਦਾ ਜੀ। ਧੰਨਵਾਦ ਆਦੋ ਜੀ, ਬਹੁਤ ਸ਼ੁਕਰੀਆ ਤੁਸੀਂ ਬੁਲਾਇਆ ਮੈਨੂੰ। ਮੈਂ ਤਾਂ ਹੈਰਾਨ ਹਾਂ, ਤੁਹਾਡੇ ਵਿਹੜੇ 'ਚ ਆ ਕੇ ਮੈਨੂੰ ਖੁਸ਼ੀ ਬਹੁਤ ਹੋ ਰਹੀ ਆ ਵੀ ਅਦਬ ਵਰਗਾ ਜਿਹੜਾ ਬੰਦਾ ਆ ਖੁਦ ਰਾਈਟਰ ਵੀ ਆ ਅਤੇ ਖੁਦ ਲਿਖਦਾ ਵੀ ਆ, ਖੁਦ ਗਾਉਂਦਾ ਵੀ ਆ, ਮੈਨੂੰ ਚੰਗਾ ਲੱਗਿਆ ਅਦਬ ਜੀ ਤੁਸੀਂ ਮੇਰੇ ਨਾਲ ਬੈਠੇ ਹੋ ਅੱਜ। ਮੈਂ ਖੁਦ ਨੂੰ ਧੰਨਭਾਗਾ ਮਹਿਸੂਸ ਕਰ ਰਿਹਾ ਕਿਉਂਕਿ ਜੀ ਤੁਹਾਡਾ, ਮੈਂ ਵੀ ਪੱਤਰਕਾਰਤਾ ਦੇ ਵਿੱਚ ਹੈਗਾ, ਮੈਂ ਸਟੂਡੈਂਟ ਰਿਹਾ ਪਟਿਆਲੇ ਯੂਨੀਵਰਸਿਟੀ 'ਚ, ਅਤੇ ਤੁਸੀਂ ਉਦੋਂ ਉੱਥੇ ਲੈਕਚਰ ਦੇਣ ਆਉਂਦੇ ਹੁੰਦੇ ਸੀਗੇ ਹੈ ਨਾ ਜੀ, ਗੈਸਟ ਲੈਕਚਰ, ਅਤੇ ਮੈਂ ਅੱਜ ਤੁਹਾਡੇ ਨਾਲ ਬੈਠਾ ਪ੍ਰੋਗਰਾਮ ਕਰ ਰਿਹਾ, ਬੜਾ ਵਧੀਆ ਲੱਗ ਰਿਹਾ। ਮੈਂ ਨਾ ਤੁਹਾਡੇ ਬਾਰੇ ਦੱਸ ਰਿਹਾ ਸੀਗਾ, ਤੁਸੀਂ ਪਹਿਲਾਂ ਲਿਖਿਆ ਕਤਲ ਹੋਇਆ ਰੱਬ, ਮੈਂ ਇਹ ਬਾਅਦ 'ਚ ਪੁੱਛੂਗਾ ਕਿ ਕਿਹੜਾ ਰੱਬ ਅਤੇ ਕਦੋਂ ਕਤਲ ਹੋ ਗਿਆ ਸੀ ਇਹ ਰੱਬ। ਕਤਲ ਹੋਇਆ ਰੱਬ ਤੋਂ ਬਾਅਦ ਬਹੁਤ ਛੋਟੀ ਉਮਰ 'ਚ ਤੁਸੀਂ ਕੱਖ ਕੰਡੇ ਆਪਦੀ ਜੀਵਨੀ ਵੀ ਲਿਖਤੀ, ਇਹਦਾ ਸਵਾਲ ਵੀ ਆ। ਪੱਤਰਕਾਰਤਾ ਦੀ ਮੌਤ, ਪੱਤਰਕਾਰਾਂ ਬਾਰੇ ਵੀ ਕਹਿ ਲਓ ਵੀ ਸਿੱਧਾ ਖੁੱਲ੍ਹ ਕੇ ਲਿਖਿਆ ਹੋਇਆ, ਇੰਨੀ ਕਹਿ ਲਓ ਬੇਬਾਕ ਕਲਮ ਮੈਂ ਨਹੀਂ ਵੇਖੀ ਜਿੰਨਾ ਇਹਨਾਂ ਨੇ ਲਿਖਿਆ ਹੋਇਆ। ਜੇ ਸਿੱਖ ਇਤਿਹਾਸ ਦੀ ਗੱਲ ਕਰੀਏ ਤਾਂ ਜਿਨ੍ਹਾਂ ਪੁੱਠੀਆਂ ਖੱਲਾਂ ਲੁਹਾਈਆਂ ਲਹਾਈਆਂ ਇਹ ਨਾਵਲ ਵੀ ਇਹਨਾਂ ਨੇ ਲਿਖਿਆ। ਉਸ ਤੋਂ ਇਲਾਵਾ ਜੇ ਆਪਾਂ ਕਰੀਏ ਦਫਾ 498A,
ਇਹ ਔਰਤਾਂ ਦੇ ਉੱਤੇ ਜਿਹੜੇ ਹੁੰਦੇ ਔਰਤਾਂ ਦੇ ਸ਼ੋਸ਼ਣ ਬਾਰੇ ਵੀ ਇਹ ਕਿਤਾਬ ਆ, ਇਹ ਵੀ ਹਰ ਇੱਕ ਨੂੰ ਪੜ੍ਹਨੀ ਚਾਹੀਦੀ ਹੈ। ਅਤੇ ਇਹ ਕਿਤਾਬ ਦੀ ਇਹ ਖਾਸੀਅਤ ਆ ਕਿ ਵੂਮਨ ਸੈੱਲਾਂ ਦੇ ਵਿੱਚ ਬਕਾਇਦਾ ਇਹ ਕਿਤਾਬ ਪੜ੍ਹਨ ਲਈ ਰੱਖੀ ਜਾਂਦੀ ਆ। 100 ਕਰੋੜ ਇੱਕ ਲਵਿਆ ਉਹ ਕੌਣ ਸੀ ਉਹ ਵੀ ਜਾਣਾਂਗੇ, ਜਿਨ੍ਹਾਂ 'ਤੇ ਇਹਨਾਂ ਨੇ ਇਹ ਨਾਵਲ ਲਿਖਿਆ, ਕਹਾਣੀਆਂ ਲਿਖੀਆਂ, ਬੜੇ ਸੋਹਣੇ ਬਿੰਬ ਸਿਰਜਦੇ ਨੇ, ਕਹਾਣੀ ਦੇ ਜ਼ਰੀਏ ਸੱਚਾਈ ਨੂੰ ਫੜਦੇ ਨੇ, ਸਮਝਾਉਂਦੇ ਨੇ, ਪਾਠਕਾਂ ਤੱਕ ਪਹੁੰਚਾਉਂਦੇ ਨੇ। ਅਕੀਦਾ ਜੀ, ਮੈਂ ਤੁਹਾਡੇ ਨਾਂ 'ਤੇ ਵੀ ਆਊਂਗਾ ਕਿ ਗੁਰਨਾਮ ਸਿੰਘ ਅਕੀਦਾ, ਠੀਕ ਹੈ, ਪਰ ਉਸ ਤੋਂ ਪਹਿਲਾਂ ਮੈਂ ਪੁੱਛਣਾ ਚਾਹੁੰਦਾ, ਜਿਹੜਾ ਮੈਂ ਹਰ ਇੱਕ ਨੂੰ ਪੁੱਛਦਾ, ਵੀ ਮੈਂ ਤੁਹਾਡੇ ਬਾਰੇ ਦੱਸਤਾ ਜੀ, ਗੁਰਨਾਮ ਸਿੰਘ ਅਕੀਦਾ ਕੌਣ ਨੇ, ਕਿੱਥੇ ਜਨਮ ਹੋਇਆ, ਉਹਨਾਂ ਨੇ ਕੀ ਲਿਖਿਆ। ਹੁਣ ਮੈਂ ਤੁਹਾਡੇ ਮੂੰਹੋਂ ਸੁਣਨਾ ਚਾਹੁੰਦਾ ਵੀ ਗੁਰਨਾਮ ਸਿੰਘ ਅਕੀਦਾ ਕੌਣ ਨੇ। ਅਸਲ ਵਿੱਚ ਨਾ ਬਾਪੂ ਹੋਰੇ ਜੁੱਤੀਆਂ ਕਰਦੇ ਹੁੰਦੇ ਸੀਗੇ, ਜੁੱਤੀਆਂ ਕੱਢਦੇ ਸੀਗੇ, ਅਤੇ ਪਿੰਡ ਦੇ ਵਿੱਚ ਹੁੰਦਾ ਸੀਗਾ ਵੀ ਚਲੋ ਆਉਣਾ ਉਹਨਾਂ ਨੇ, ਅਤੇ ਅਸੀਂ ਨਿੱਕੇ ਨਿਆਣੇ ਹੁੰਦੇ ਸੀਗੇ, ਕੰਮ ਕੁੰਮ ਕਰਦੇ ਘਰ ਦਾ, ਅਤੇ ਡੰਗਰ ਪਸ਼ੂ ਰੱਖੇ ਹੁੰਦੇ ਸੀਗੇ, ਅਤੇ ਉੱਥੋਂ ਜ਼ਿੰਦਗੀ ਸ਼ੁਰੂ ਹੁੰਦੀ ਹੈ। ਅਤੇ ਬਾਪੂ ਦੀ ਕੁੱਟ ਘੱਟ ਖਾ ਲੈਂਦੇ ਸੀਗੇ, ਅਤੇ ਬਾਹਰ ਖੇਤਾਂ ਵਿੱਚ ਕਾਕੰਡੇ ਲੈ ਕੇ ਜਾਣੇ, ਆਪਣੀ ਤਾਂ ਜ਼ਮੀਨ ਕੋਈ ਹੈ ਨਹੀਂ ਸੀਗੀ, ਅਤੇ ਜਦੋਂ ਵੀ ਜਾਣਾ ਸਾਡੇ ਪਿੰਡ ਦੇ ਜ਼ਿਮੀਂਦਾਰ ਦੇ, ਸਾਡੇ ਪਿੰਡ ਖਾਸ ਕਰਕੇ ਬਰਾਗੀਆਂ ਦਾ ਪਿੰਡ ਆ, ਬਰਾਗੀਆਂ ਦੇ ਪਿੰਡ ਐਸਾ ਪਿੰਡ ਆ ਹੋ ਕੇ, ਉੱਥੇ ਹੈ ਤਾਂ ਉਹ ਵੈਸੇ ਜਿਹੜਾ ਕਿ ਬੈਕਵਰਡ ਕਲਾਸ ਹੀ ਹੁੰਦੇ ਆ ਬਰਾਗੀ, ਬੀ ਸੀ ਹੁੰਦੇ ਆ, ਕੋਈ ਜਰਨਲ ਤਾਂ ਹੁੰਦੇ ਨਹੀਂ ਉਹ, ਅਤੇ ਪਰ ਉਹਨਾਂ ਵਿੱਚ ਪਤਾ ਨਹੀਂ ਕੀ ਕਿੱਥੇ ਕਿੱਥੋਂ ਆ ਗਈ ਕਾਸਟਿਜ਼ਮ ਦਾ, ਕਾਸਟਿਜ਼ਮ ਇੰਨੀ ਆ, ਜਾਤਪਾਤ ਇੰਨੀ ਆ ਕਿ ਉਹ, ਅਤੇ ਇਹ ਕੀ ਸਮਝਾਂ ਤੁਹਾਨੂੰ ਕਿ ਬੰਦੇ ਨੂੰ ਬੰਦਾ ਨਹੀਂ ਸਮਝਦੇ ਸੀਗੇ ਉਹ। ਚਲੋ ਉਹਨਾਂ ਪਿੰਡ ਦੇ ਵਿੱਚ ਜਿਹੜਾ ਅਸੀਂ ਉਹਨਾਂ ਮਤਲਬ ਕਿ ਜਿਹਨੂੰ ਕਿ ਸਮਾਜ ਘਿਰਣਿਤ ਜਾਤੀ ਸਾਡੇ ਪਿੰਡ ਦੇ ਵਿੱਚ ਮੰਨਦੇ ਸੀਗੇ, ਅਤੇ ਉਹ ਜਾਤੀ ਵਿੱਚੋਂ ਬਾਪੂ ਦੀਆਂ ਗੰਢੀਆਂ ਹੋਈਆਂ ਜੁੱਤੀਆਂ ਦੇ ਵਿੱਚੋਂ ਜ਼ਿੰਦਗੀ ਨੂੰ ਗੰਢਦੇ ਹੋਏ ਅਤੇ ਸ਼ੁਰੂ ਕੀਤੀ ਹੈ ਜ਼ਿੰਦਗੀ, ਅਤੇ ਬਾਅਦ ਵਿੱਚ ਫਿਰ ਜਿੱਦਾਂ ਵੀ ਹੋਇਆ ਕਿ ਪੜ੍ਹਨ ਲੱਗ ਪਏ। ਅਤੇ ਬਾਪੂ ਜਿਹੜਾ ਸੀਗਾ ਮੇਰਾ ਮਾਸਟਰ ਸੀਗਾ, ਪਹਿਲਾ ਦੇਸ ਰਾਜ ਮਾਸਟਰ ਸੀਗਾ, ਅਤੇ ਬਹੁਤ ਅੱਛਾ ਮਾਸਟਰ ਸੀਗਾ ਉਹ, ਜੇ ਗਲਤੀ ਮਾੜੀ ਜਿਹੀ ਗਲਤੀ ਵੀ ਕਰਦਾ ਸੀ ਕੁੱਟਦਾ ਸੀਗਾ, ਅਤੇ ਉਹਦੀ ਕੁੱਟ ਅੱਜ ਵੀ ਯਾਦ ਆਉਂਦੀ ਹੈ ਯਾਰ, ਜੇ ਸਾਨੂੰ ਨਾ ਨਾ ਕੁੱਟਦਾ ਮਾਸਟਰ ਅਸੀਂ ਸ਼ਾਇਦ ਇੱਥੇ ਨਾ ਬੈਠੇ ਹੁੰਦੇ। ਅੱਜ ਕੱਲ੍ਹ ਨਾ ਬੱਚੇ ਜਿਹੜੇ ਹੁੰਦੇ ਆ ਵੀ ਮਾੜਾ ਜਿਹਾ ਕੋਈ ਨਾ ਉਂਗਲੀ ਵੀ ਲਾ ਦੇ ਬੱਚੇ ਨੂੰ ਕਿਸੇ ਨੂੰ ਮਾਸਟਰ, ਤਾਂ ਉਹਦੇ ਮਗਰ ਪੈ ਜਾਂਦੇ ਆ ਉਹ, ਉਹਦੇ ਮਾਂ ਬਾਪ ਬੱਚੇ ਨੂੰ ਕੁੱਟ ਕਿਵੇਂ ਦਿੱਤਾ। ਸਭ ਤੋਂ ਵੱਡੀ ਗਲਤੀ ਕਰਦਾ ਮਾਂ ਬਾਪ ਉਹ, ਜਦੋਂ ਆਪਣੇ ਬੱਚੇ ਦੀ ਜਿਹੜੀ ਉਹਦੀ ਨਾ ਨਰਸਰੀ ਆ ਬੱਚੇ ਦੀ, ਉਹ ਨਰਸਰੀ ਵਿੱਚ ਬੱਚਾ ਇੱਕ ਕਲਬੂਤ ਵਿੱਚ ਪਾਇਆ ਜਾਂਦਾ, ਅਤੇ ਬੱਚੇ ਨੂੰ ਕਲਬੂਤ 'ਚ ਪਾ ਕੇ ਉਹਨੇ ਇੱਕ ਬੜਾ ਵੱਡਾ ਇਨਸਾਨ ਬਣਨਾ ਹੁੰਦਾ, ਉਹ ਕਲਬੂਤ ਸਾਡੇ ਮੋਕਲੇ ਹੋ ਗਏ ਆ ਹੁਣ ਸਾਡੇ ਸਕੂਲਾਂ ਦੇ ਵਿੱਚ, ਇਸ ਕਰਕੇ ਕਰੈਕਟਰ ਲੂਜ ਹੋ ਗਿਆ ਸਾਡਾ। ਕਰੈਕਟਰ ਲੂਜ ਨਹੀਂ ਵੀ ਆਪਾਂ ਕੋਈ ਔਰਤ ਛੇੜ ਨਹੀਂ ਤਾਂ ਕਰੈਕਟਰ ਲੂਜ ਹੁੰਦਾ, ਕਰੈਕਟਰ ਸਾਡਾ ਸਮਾਜਿਕ ਕਰੈਕਟਰ ਹੁੰਦਾ ਇੱਕ ਅਦਬ, ਉਹ ਸਾਡਾ ਲੂਜ ਹੋ ਗਿਆ, ਸਾਡੇ ਬੱਚਿਆਂ ਦੇ ਵਿੱਚ ਕਰੈਕਟਰ ਨਹੀਂ ਰਿਹਾ ਹੁਣ। ਸਾਡੇ ਬੱਚੇ ਤੁਹਾਡੇ ਮਾਂ ਬਾਪਾਂ ਨੂੰ ਅੱਜ ਆਪਣੇ ਮਾਂ ਬਾਪਾਂ ਨੂੰ ਪਿਆਰ ਨਹੀਂ ਕਰਦੇ ਬੱਚੇ, ਅੱਜ ਉਹਨੂੰ ਜਜ਼ਬਾਤ ਇਮੋਸ਼ਨ ਖਤਮ ਹੋ ਚੁੱਕੇ ਆ। ਮੈਂ ਦੇਸ ਰਾਜ ਦਾ ਤਾਂ ਧੰਨਵਾਦ ਕਰਦਾ ਮੇਰੇ ਪਹਿਲੇ ਮਾਸਟਰ ਦਾ ਕਿ ਉਹਦੀ ਕੁੱਟ ਮੈਨੂੰ ਅੱਜ ਵੀ ਯਾਦ ਆਉਂਦੀ ਹੈ, ਉੱਥੋਂ ਜ਼ਿੰਦਗੀ ਸ਼ੁਰੂ ਹੋਈ। ਨਾਮ ਪਿੱਛੇ ਅਕੀਦਾ, ਵੈਸੇ ਅਕੀਦਾ ਦਾ ਮਤਲਬ ਹੀ ਦੱਸ ਦਿਓ ਕੀ ਹੁੰਦਾ ਅਤੇ ਇਹ ਕਿਵੇਂ ਲੱਗਿਆ ਤੁਹਾਡੇ ਨਾਮ ਨਾਲ ਜੁੜਿਆ। ਅਸਲ 'ਚ ਅਕੀਦਾ ਮੈਂ ਸਾਡੇ ਨਾ ਮੇਰਾ ਗੋਤ ਘੀੜੇ ਆ, ਘੀੜੇ ਗੋਤ ਵੀ ਨਾਲ ਲਾ ਲੈਂਦੇ ਸਾਡੇ, ਮਤਲਬ ਕਿ 18-20 ਪਿੰਡ ਹੈਗੇ ਨੇ ਪਟਿਆਲੇ ਵਿੱਚ ਘੀੜਿਆਂ ਦੇ, ਅਤੇ ਨਾਲ ਲਾ ਦਿੰਦੇ ਤਾਂ ਚੰਗੀ ਗੱਲ ਸੀ, ਮਾੜੀ ਗੱਲ ਨਹੀਂ ਸੀ ਉਹ ਵੀ, ਕਿ ਸਾਡੇ ਘੀੜੇ DC ਲੱਗਿਆ ਕੋਈ, ਘੀੜਿਆਂ ਵਿੱਚੋਂ ਕੋਈ ਵਕੀਲ ਨੇ, ਕੋਈ ਅਡੀਸ਼ਨਲ ਐਡਵੋਕੇਟ ਜਰਨਲ ਨਾਲ, ਮਤਲਬ ਵੱਡੇ ਵੱਡੇ ਉਹਦੇ ਸਾਡੇ ਜਿਹੜੇ ਘੀੜੇ ਹੈਗੇ, ਲਾ ਲੈਂਦੇ ਕੋਈ ਗੱਲ ਨਹੀਂ ਸੀ। ਪਰ ਮੈਂ ਇੱਕ ਰਾਈਟਰ ਸੀਗਾ, ਰਾਈਟਰ ਦਾ ਕੰਮ ਹੁੰਦਾ ਕਿ ਆਪਣਾ ਸਮਾਜ ਵਿੱਚ ਜਾਤਾਂ ਗੋਤਾਂ ਤੋਂ ਬਾਹਰ ਰਹਿਣਾ ਜੀ, ਵੀ ਗੋਤਾਂ ਦੇ ਵਿੱਚ ਜਾਤਾਂ ਵਿੱਚ ਨਾ ਆਈਏ ਆਪਾਂ, ਅਤੇ ਇਹਨੂੰ ਇਸ ਕਰਕੇ ਨਾ, ਅਤੇ ਮੈਂ ਕੁਦਰਤੀ ਕੋਈ ਕਿਤੇ ਕੋਈ ਦੇਖ ਰਹੇ ਸੀ ਫਿਲਮ, ਅਸੀਂ ਫਿਲਮ ਦੇ ਵਿੱਚ ਉਹਦੀ ਇੱਕ ਗੱਲ ਸਾਹਮਣੇ ਆਈ, ਅਕੀਦਾ ਸ਼ਬਦ ਆ ਬੜਾ ਵਧੀਆ ਸ਼ਬਦ ਆ, ਅਕੀਦਾ ਮਤਲਬ ਹੁੰਦਾ ਯਕੀਨ, ਯਕੀਨ, ਵਿਸ਼ਵਾਸ, ਭਰੋਸਾ, ਆਸਥਾ ਜੀ, ਫੇਥ, ਸ਼ਰਧਾ, ਇਹਦਾ ਮਤਲਬ ਕਾਫੀ ਮਤਲਬ ਨੇ, ਲਫ਼ਜ਼ ਹੈ ਫਾਰਸੀ ਦਾ, ਅਤੇ ਚੰਗਾ ਲੱਗਿਆ ਸੀ ਨਾ, ਅਤੇ ਹੁਣ ਮੇਰੇ ਖਿਆਲ 'ਚ ਦੁਨੀਆਂ ਵਿੱਚ ਆਸਥਾ ਦੀ ਜੇ ਗੱਲ ਕਰੀਏ ਸਰ, ਵੀ ਸ਼ਰਧਾ ਆਸਥਾ ਇਹ ਸਾਰਾ ਕੁਝ ਧਰਮ ਦੇ ਨਾਲ ਜੁੜੀ ਹੋਈ ਗੱਲ ਆ, ਅਤੇ ਧਰਮ ਰੱਬ ਦੇ ਨਾਲ ਜੁੜਿਆ ਹੋਇਆ, ਪਰ ਰੱਬ ਦਾ ਕਤਲ ਹੋ ਗਿਆ ਸੀਗਾ, ਕਤਲ ਹੋਇਆ ਰੱਬ ਲਿਖਿਆ ਤੁਸੀਂ। ਅਸਲ 'ਚ ਨਾ ਗੁਰੂ ਗ੍ਰੰਥ ਸਾਹਿਬ ਕਹਿੰਦੇ ਆ ਵੀ ਏਕ ਰਾਮ ਦਸਰਥ ਕਾ ਬੇਟਾ, ਏਕ ਰਾਮ ਘਟ ਘਟ ਮੇ ਬੈਠਾ, ਏਕ ਰਾਮ ਕਾ ਸਕਲ ਪਸਾਰਾ, ਚੌਥਾ ਗ੍ਰਾਮ ਤ੍ਰੈ ਗੁਣ ਸੇ ਨਾਰਾ। ਅਸੀਂ ਸਾਰੇ ਲੋਕ 3 ਰਾਮ ਪੂਜਦੇ ਹਾਂ ਜੀ, 3 ਰਾਮ ਪੂਜਦੇ ਹਾਂ, ਰਾਮ ਸ਼੍ਰੀ ਰਾਮ ਜੀ, ਅਤੇ ਇੱਕ ਰਾਮ ਕਾ, ਇੱਕ ਰਾਮ ਘਟ ਘਟ ਮੇ ਬੈਠਾ ਜਿਹੜਾ ਹਰ ਜਗ੍ਹਾ ਬੈਠਾ, ਇੱਕ ਰਾਮ ਕਾ ਸਰਬ ਸਾਰਾ ਸ਼ਿਵ ਜੀ ਵਿਸ਼ਨੂੰ ਵਰਮਾ ਸਭ ਕਰਦਾ ਨਾ ਜੀ ਉਹ, ਪਰ ਜਿਹੜਾ ਚੌਥਾ ਰਾਮ ਹੈ ਨਾ ਉਹ ਤ੍ਰੈ ਗੁਣ ਉਹ ਵੱਖਰਾ ਹੈ, ਨਾ ਉਹ ਵਾਹਿਗੁਰੂ 'ਚ ਹੈ, ਨਾ ਉਹ ਰਾਮ 'ਚ ਹੈ, ਨਾ ਉਹ ਈਸਾ 'ਚ, ਨਾ ਗੌੜ 'ਚ, ਨਾ ਅੱਲਾ 'ਚ, ਨਾ ਕਿਤੇ ਇਹਨਾਂ 'ਚ ਹੈਗਾ ਉਹ ਇਹਨਾਂ ਨੂੰ ਇਹਨਾਂ ਰਾਹੀਂ ਇਹਨਾਂ ਦਾ ਰਾਹੀਂ ਰਸਤਾ ਪਾ ਕੇ ਉਹ ਰਾਮ ਕੋਈ ਹੋਰ ਆ। ਮੈਂ ਉਸ ਰਾਮ ਦੀ ਗੱਲ ਕੀਤੀ ਹੈ ਜਿਹੜਾ ਇੱਥੇ ਵਾਲਾ ਰੱਬ ਆ ਨਾ, ਉਹ ਰੱਬ ਹੈ, ਅਸੀਂ ਉਹ ਰੱਬ 'ਚ ਉਲਝੇ ਹੋਏ ਹਾਂ, ਉਸ ਰੱਬ ਦੇ ਵਿੱਚੋਂ ਨਾ ਉਲਝ ਕੇ ਸਾਨੂੰ
सीधे तौर पर उस राही उस तक पहुँचना बनता जिंकी गल गुरु नानक पातशाह करते हैं जी। गुरु नानक पातशाह उस रब की गल करते। अच्छा, ये नावल तुम बड़ी निकी उम्र च लिखता से, तो यह थोड़ी प्रेरणा कितों मिली ये लिखण की? नावल तो अदब असल च ना मैनू नहीं पता मैं किमें नावल लिखा। असल बचपन जो पढ़ते से ना उदों भी मैं लिखना शुरू करते माड़े मोटे कहानियां। बापू सगा मेरा, बापू के बेबे जी ना कहानियां सुनाया मैं उन्होंने लगातार। रात को बापू ने बह जाना तो लगातार सारी रात कहानी सुनानी, कोई राजे नल की कहानी सुनाओ जी, अज अज जी पुरानी कहानी सुनाओ जी, अज बापू को बह जाना। तो कहानियां 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 करते करते लिखन लग पे जी। लिखन लग पे चे वो पहला फिर कुछ कहानियां लिखिया नहीं, मैं एक पास रख दियाँ। यह नावल मैं लिखना शुरू किया। नावल का नाम पहला चलो तीन चार नावल ना सी होर ते, पर यह नावल लिखिया 8 बार सोध्या गया नावल। यह बच 19 साल की उम्र च मैं सीगा जो लिखना शुरू किया, पर 8 बार सुन तो बाद नावल छप गया। नावल छपा वास्ते मेरा एक भरा दोस्त है सरबीत उखड़ा, उन्हें बड़ी मदद की मेरी जी जी। तो नावल छप गया, तो नावल जो जिसने पढ़िया एक पात्र है कीड़ू राम जी। नावल का मुख्य पात्र है कीड़ू राम। कीड़ू राम मैं जो मैं जाना कितने ने नावल पढ़िया बहुत गया। अच्छा जी। बहुत नावल पढ़िया गया जो मैं जान लग रहा किसी सैकल पर हों कहते कीड़ू राम जा रहा। अच्छा, मर के मैंने लोग कीड़ू राम कह लग पे थे। यद नावल का ये कीड़ू राम चलना रिश्ता चला कीड़ू राम जो है। हाँ जी हाँ जी। तो जिहड़ा एक पापा प्रीतम सिंह होया पटियाले, उन्हें एक लेखकों के उपर एक डिक्शनरी लिखी। हाँ जी। कोश लिखा उस मेरा जिक्र भी किया, उन्हें उस मेरा किता लिखा रिश्ता चलाना। हाँ जी। जल के रिश्ता चलाना नावल में एक पात्र हैगा, बल्कि मैनू मेरा पेशा उन्हें रिश्ता चला लिखता उ जल के मैं ये थोड़ी उपलब्धि है कि थोड़े एक करैक्टर जोड़े लिखे हुए से इन्ने मकबूल होए। सो गल बहुत वधिया हो रही जी। गुरनाम सिंह कीदा जी के नाल है, बड़ी छोटी उम्रे तुसी नावल लिखता से 19 साल की उम्र च, ठीक है जी। तो मैं सुनया यही नावल तुहानू पत्रकारिता च खिच लिया, वह कहानी भी दसो। वो असल च ना अदब जी पता होया कि भी नावल देने वास्ते मैं दरिद साहब सी। हाँ जी। वो दरिद साहब मैं नावल देने चला गया, उत्थे नावल उन्हें शुरू पढ़िया, कहिंदा भी लिखदा बड़ा वधिया तू। मैं कहा जी हैं, कहिंदा हाँ, कहिंदा यार तू साडे अखबार दे विच प्रूफ रीडिंग कर लिया कर जी। तो मैं कहा जी मैंने को टाइम घट्ट है, मैं शाम को आया करूँगा। जॉब करता से मेरे खड़े शुक्र मिल से मैं, तो वो कहता भी शाम को आया कर तू, यहाँ शाम लोड़ होंगी है। तो मैं उत्थे चला गया जी। मैं ना वो छोटे छोटे कंप्यूटर होंगे सके ब्लैक एंड वाइट, उत्थे मैं पिछे बैठा मुंडा टाइप कर रहा सीगा, वो खबर आई, खबर के मैं गलती कढ़ती। मेरा काम प्रूफ रीडर करना सीगा, भी गलती शब्दों में गलती करना सी। पर तुसी खबर ची कढ़ती? मैं खबर ची गलती कढ़ती, तो पिछा पिछे खड़ा जी दर्शन, दर्शक उत्थे न्यूज़ एडिटर सीगा, ठीक है। वो कहता भी वो मुंडा कहने लगा कंप्यूटर आ गया, तुम्हें जाना पता जी तुम अज तक आए हो, हूँ तुम आए, हूँ गलती कटने लग पे पत्रकारों में। मैं कहा जी मैं गलत लग रहा खबर है। कहते भी नहीं पिछले दर्शन दर्शन कह दे भी की कहा इन्होंने, कहते जी गलती कभी है खबर चाहें, कहता इन्हें कभी गलती है, ये गलती कभी है। मैंने बाद फट के कैबन च लै गए, कहना तेरा कैबन आ तू सब एडिटर आ। इस बाद उतों मतलब कि मैंने 15 मिनट से सब एडिटर बना था उन्होंने, तो बहुत फिर काम किया। ये मेरा नावल मैं पत्रकार बना गया, मतलब मेरा आप मान लीए भी साहित्य की जी चेटक से जो लिखण का गुण से थानू उसने पत्रकारिता वाल लै। पत्रकारिता वैसे मेरे खानदान साढ़े आंढ़ गुआंढ़ साढ़े पिंड छोड़ो साढ़े किसी आले दुआले कोई 15-15 किलोमीटर किसी पिंड कोई राइटर नहीं सगा उस समय च, कोई राइटर नहीं सगा। थोड़ू साहित्य की चिट किमें लगी? असल च मैं ना कितने बच वो पढ़ते सी नावल साड़ा लग्या सीगा 8वीं दे विच लग्या सीगा चिट्टा लहू नानक सिंह जी दा नावल, तो वो चिट्टे लहू ने पढ़िया कि चिट्टे लहू ने ऐसा काम किया कि मेरा लहू चिट्टा करता उन्होंने, मतलब कि बहुत कमाल दा नावल सी उन्होंने। चिट्टा लहू जब नानक सिंह के साहित्य भी गल करिए उन्होंने बड़ा बड़ा काम करया होया है ना जी, तो वो भी करैक्टर बहुत ज्यादा है ना। अच्छा, उसे तो प्रेरणा तुम्हें लिखा? हाँ, मैं नानक सिंह तो प्रेरित होकर नावल लिखा सीगा। नानक सिंह दा वर्गा ही नावल है, पतलो रब समाज सुधारक नावल है। ये मतलब एक एक बच्चा होंगे, चार भैन वो होंगे ने यह नावल के जी जी, चार भैन होंगे ने बनाइया हुई भैन, मतलब वह अनाथ होंगे बच्चा, तो पढ़ता भी नानके अपने, ठीक है। नानके पढ़ता कीड़ू राम, बाद चो भैन जी नाम दिदिया ने दलजीत बनता, बाद फिर उन्होंने फिर एक सरदारा के घर हो जाके फिर मतबन्ना बनता है। वो बड़ा अच्छा नावल है कतलो रब, ता ही पढ़ा गया बहुत है, बड़ा इंट्रस्टिंग रुंद रुआंदा भी है, हसाऊंदा भी है, सभ्याचार की गल भी करता पंजाब दे, बड़ा अच्छा नावल। ता ही नावल मकबूल होया सीगा। असल च इस तरह का नावल पहले लिखा नहीं गया सीगा, पिंडू खेत्र का नावल। सो नावल कोई साढ़े आले दुआले नहीं सीगा कोई अदब भी कोई नावल लिखता। यह शब्द गुरु ना जो शब्द गुरु होंगे ना, शब्द गुरु बंदे चुनद। जे कोई कह दे मैं डिग्री लैके ना जी मैं पी एच डी करके जी मैं अपना राइटर बन जावगा, बिल्कुल नहीं बन सकता।
राइटर लेखक बनाउणा, किसी नूं पत्रकार भी लेखक भी बनाउणा, तुसीं पत्रकार बन जाओ। जे तुसीं पत्रकार सिर्फ डिग्री लैके बन रहे हो तां तुसीं नहीं बन सकदे, नहीं बन सकदे। तुहाडे विच पत्रकार दा मस होना चाहिए, तुहाडे विच पत्रकार दा जिगर होना चाहिए तां पत्रकार बन सकदे। जे पत्रकारता दी गल करिए, तुसीं पत्रकार हैगे हो, बहुत लंबा तजर्बा तुहाडा, पर पत्रकार दी मौत लिख के ਤੁਸੀਂ ਕਿਤੇ ਪੱਤਰਕਾਰਾਂ ਨੂੰ ਆਪਦੇ ਵਿਰੁੱਧ ਤਾਂ ਨਹੀਂ ਕਰ ਲਿਆ? ਨਹੀਂ, ਪੱਤਰਕਾਰ ਮੇਰਾ ਬਾਈਕਾਟ ਕੀਤਾ। ਅੱਜ ਵੀ ਮੇਰਾ ਪਟਿਆਲੇ ਦੇ ਮੀਡੀਆ ਕਲੱਬ ਦੇ ਵਿੱਚ ਅੱਜ ਵੀ ਮੇਰਾ ਬਾਈਕਾਟ ਹੈ। ਮੇਰੇ ਨਾਲ ਸਾਰੇ ਪੱਤਰਕਾਰ ਮਿਲਦੇ ਆ, ਭੱਜ ਕੇ ਮਿਲਦੇ ਆ, ਹੱਸਦੇ ਆ, ਖੇਡਦੇ ਆ ਸਾਰੇ, ਪਰ ਜਿਹੜੀ ਉਹਦਾ ਗਰੁੱਪ ਹੈਗਾ ਮੈਨੂੰ ਵੋਟ ਪਾਉਣ ਦਾ ਅਧਿਕਾਰ ਨਹੀਂ ਹੈਗਾ। ਮੈਂ ਉਹਨਾਂ ਦੀ, ਜੇਕਰ ਪ੍ਰੈਸ ਕਲੱਬ ਦੀਆਂ ਵੋਟਾਂ ਪੈਂਦੀਆਂ ਨੇ ਤਾਂ ਪ੍ਰਧਾਨ ਬਣਾਉਣ ਵਾਸਤੇ ਮੈਂ ਵੋਟਾਂ ਉੱਥੇ ਪਾਉਣਾ ਹੈਗਾ ਜੀ, ਮੇਰੀ ਵੋਟ ਨਹੀਂ ਪਰ ਹੈਗੀ। ਮਤਲਬ ਕਿ ਮੇਰੀ ਇਸ ਕਿਤਾਬ ਨੇ, ਇਸ ਪੱਤਰਕਾਰ ਦੀ ਮੌਤ ਨੇ ਮੇਰੇ ਨਾਲ ਕਈ ਪੱਤਰਕਾਰ ਖਫਾ ਕੀਤੇ, ਕਈ ਅਖਬਾਰ ਖਫਾ ਕੀਤੇ ਮੇਰੇ ਨਾਲ, ਅਖਬਾਰ ਵੀ ਕਈ ਖਫਾ ਹੋਏ। ਅੱਛਾ ਜੀ। ਅਤੇ ਈਵਨ ਕਿ ਕੈਪਟਨ ਅਮਰਿੰਦਰ ਦਾ ਸਲਾਹਕਾਰ ਸੀਗਾ ਚਹਿਲ ਸਾਹਿਬ, ਉਹ ਖਫਾ ਹੋਇਆ। ਮਤਲਬ ਕਿ ਬੇਬਾਕ ਨਾਲ ਲਿਖੀ ਕਿਤਾਬ, ਇਹਦੇ ਵਿੱਚ ਇੱਕ ਛੋਟੀ ਜਿਹੀ ਕਹਾਣੀ ਆ, ਅਤੇ ਉਹ ਇਹ ਕਿ ਦਿਵਾਲੀ ਦਾ ਮੌਕਾ ਹੁੰਦਾ ਅਤੇ ਦੁਕਾਨਦਾਰ ਇੱਕ ਦੂਜੇ ਨੂੰ ਕਹਿੰਦੇ ਆ, ਉਹ ਭਾਈ ਸ਼ਟਰ ਬੰਦ ਕਰਦੇ ਦੁਕਾਨ ਦਾ, ਦਿਵਾਲੀ ਤੋਂ ਪਹਿਲਾਂ ਦੀ ਗੱਲ ਹੁੰਦੀ ਆ। ਹਾਂਜੀ। ਉਹ ਕਹਿੰਦਾ ਕੀ ਹੋ ਗਿਆ, ਕੋਈ ਨਾਪ ਤੋਲ ਵਾਲੇ ਆਏ ਨੇ? ਕਹਿੰਦਾ ਨਹੀਂ ਨਹੀਂ। ਕੀ ਗੱਲ, ਟੈਕਸ ਵਾਲੇ, ਸੇਲ ਟੈਕਸ ਵਾਲੇ? ਕਹਿੰਦਾ ਨਹੀਂ ਨਹੀਂ। ਕਹਿੰਦਾ ਪਰ ਕੀ ਹੋ ਗਿਆ? ਹਾਂ, ਉਹ ਕਹਿੰਦਾ ਪੱਤਰਕਾਰ ਦਿਵਾਲੀ ਮੰਗਦੇ ਫਿਰਦੇ ਆ। ਅੱਛਾ, ਮਤਲਬ ਕਿ ਪੱਤਰਕਾਰ ਵੀ ਦਿਵਾਲੀ ਮੰਗਦੇ ਨੇ? ਇਹ ਕਿਤਾਬ 'ਚ ਲਿਖਿਆ ਤਾਂ ਹੀ ਦਿਵਾਲੀ ਮੰਗਦੇ ਨੇ, ਜੇ ਲਿਖਿਆ ਤਾਂ ਹੀ ਲਿਖਿਆ ਦਿਵਾਲੀ ਮੰਗਦੇ ਨੇ। ਬਲਕਿ ਪੱਤਰਕਾਰ ਦੁਕਾਨਾਂ ਵਿੱਚ ਦਿਵਾਲੀ ਮੰਗਣ ਦਾ ਕੰਮ ਕਰਦੇ ਸੀਗੇ। ਇਹ ਕਿਤਾਬ ਨੇ ਸੁਧਾਰ ਇਹ ਕੀਤਾ ਕਿ ਉਹ ਰੋਕਿਆ ਗਿਆ ਜੀ, ਪੱਤਰਕਾਰਾਂ ਵਿੱਚ ਰੋਕੀ ਗੱਲ ਗਈ ਆ। ਗਿਫਟ ਕਲਚਰ ਬਹੁਤ ਜ਼ਿਆਦਾ ਸੀਗਾ, ਪੀਲੀ ਪੱਤਰਕਾਰੀ ਵੀ ਸੀ। ਪੀਲੀ ਪੱਤਰਕਾਰ ਛੱਡੋ, ਅੱਜ ਤਾਂ ਅੱਜ ਦਾ ਹਮ ਬਿਸਤਰ ਪੱਤਰ ਹੋ ਚੁੱਕੀ ਆ। ਹਮ ਬਿਸਤਰ ਮਤਲਬ ਇਕੱਠੇ ਹੋ ਕੇ ਕਾਰਜਪਾਲਕਾ, ਨਿਆਂ ਪਾਲਕਾ, ਪੱਤਰਕਾਰ, ਇਹ ਬਿਊਰੋਕਰੇਟਸ ਇਕੱਠੇ ਇੱਕ ਬਿਸਤਰ 'ਚ ਬਹਿ ਕੇ ਨਾ ਸਲਾਹਾਂ ਕਰਦੇ ਆ, ਕਿਹਨੂੰ ਗੇਰਨਾ, ਕਿਹਨੂੰ ਚੱਕਣਾ, ਕਿਹਦਾ ਵਧੀਆ ਕਰਨਾ, ਕਿਹਦਾ ਮਾੜਾ ਕਰਨਾ, ਇਹ ਸਭ ਕਰਦੇ ਆ। ਅਤੇ ਜੇ ਸਾਰਾ ਆਪਾਂ ਇੱਕ ਪੰਜਾਬ ਤੋਂ ਲੈ ਕੇ ਜੇ ਆਪਾਂ ਨੈਸ਼ਨਲ ਲੈਵਲ ਤੱਕ ਇੰਡੀਆ ਦੀ ਪੱਤਰਕਾਰਤਾ ਨੂੰ, ਪੱਤਰਕਾਰੀ ਨੂੰ ਅੱਜ ਦੇ ਦੌਰ 'ਚ ਦੇਖੀਏ, ਤੁਸੀਂ ਕੀ ਸੋਚਦੇ ਅੱਜ ਦੀ ਪੱਤਰਕਾਰੀ ਬਾਰੇ? ਅੱਜ ਦੀ ਪੱਤਰਕਾਰੀ ਉਸ ਸੰਕਟ 'ਚ ਨੂੰ ਗੁਜ਼ਰ ਰਹੀ ਆ ਕਿ ਪੱਤਰਕਾਰ ਖੁਦ ਜਿੱਥੇ ਜਿਸ ਲੱਕੜ ਨੂੰ ਕੱਟਣ ਲਈ ਆਪਣੀ ਰੋਜੀ ਰੋਟੀ ਬਣਾਉਣਾ ਚਾਹੁੰਦਾ, ਲੱਕੜ ਨੂੰ ਕੱਟ ਕੇ ਉਸੇ ਲੱਕੜ 'ਤੇ ਬੈਠਾ, ਉਹਨੂੰ ਪਤਾ ਲੱਗ ਰਿਹਾ ਜਿਸ ਲੱਕੜ 'ਤੇ ਬੈਠਾ ਮੈਂ ਉਸ ਨੂੰ ਕੱਟ ਰਿਹਾ। ਖੁਦ ਪੱਤਰਕਾਰ ਆਪਣੇ ਲੱਕੜ ਨੂੰ, ਆਪਣੇ ਉਹ ਟਾਣੇ ਨੂੰ ਕੱਟ ਰਿਹਾ, ਆਪਣੇ ਜੜੀ, ਆਪਣੇ ਪੈਰੀ ਆਪ ਅਖਾੜਾ ਮਾਰ ਰਿਹਾ ਇਹ ਬਹੁਤ ਖਤਰਨਾਕ ਹੈ। ਪੱਤਰਕਾਰ ਜਿਹੜਾ ਹੈਗਾ, ਇੱਕ ਹੱਥ ਵਿੱਚ ਫੜ ਕੇ ਮਾਇਕ ਜਾਂ ਹੱਥ ਫੜ ਕੇ ਕਲਮ, ਆਪਣੇ ਆਪ ਨੂੰ ਸਮਝਦਾ ਕਿ ਮੈਂ ਨਾਢੂ ਖਾਂ ਹੈਗਾ, ਮੈਂ ਹੀ ਹਾਂ ਬਸ ਸਭ ਕੁਛ, ਅਸਲ 'ਚ ਹੁੰਦਾ ਉਹ ਕੁਝ ਵੀ ਨਹੀਂ ਜੀ। ਜੀ, ਸੋ ਇਹ ਗੱਲ ਵੀ ਹੋ ਗਈ। ਇੱਕ ਨਾ ਚਲੋ ਆਪਾਂ ਦੁਬਾਰਾ ਮੁੜੇ ਆਉਂਦੇ ਹਾਂ ਸਾਹਿਤ ਵਾਲੇ ਪਾਸੇ, ਕਿਉਂਕਿ ਪੱਤਰਕਾਰਤਾ ਵਾਲੇ ਪਾਸੇ ਚਲੇ ਗਏ ਸੀ ਆਪਾਂ। ਕਤਲ ਹੋਇਆ ਰੱਬ ਤੋਂ ਬਾਅਦ ਤੁਹਾਡੀ ਜੀਵਨੀ ਆ ਗਈ ਸੀਗੀ ਕੱਖ ਕੰਢੇ, ਨਿੱਜ ਤੋਂ ਹਕੀਕਤ ਵੱਲ, ਕੀ ਗੱਲ ਵੀ ਤੁਸੀਂ ਐਡੀ ਨਿੱਕੀ ਉਮਰੀ ਜੀਵਨੀ ਲਿਖਤੀ? ਮੈਂ ਤੁਹਾਨੂੰ ਪਹਿਲਾਂ ਸ਼ੁਰੂ 'ਚ ਗੱਲ ਕੀਤੀ ਹੈ ਕਿ ਮੈਂ ਜੁੱਤੀਆਂ ਗੰਨਣ ਵਾਲੇ ਬਾਪੂ ਦਾ ਬੁੰਡਾ ਹੈਗਾ। ਮੇਰੇ ਪਿੰਡ 'ਚ ਮੈਂ ਜਾਤ ਪਾਤ ਦਾ ਸੰਕਟ ਬਹੁਤ ਆਉਂਦਾ ਆ। ਸਾਡੇ ਪਿੰਡ ਵਿੱਚ ਜੱਗ ਹੁੰਦ ਕਰਦੇ ਸੀ ਬ੍ਰਾਹਮਣ, ਉਹ ਆਪਣਾ ਬਰਾਗੀ ਪਿੰਡ ਦੇ ਬਰਾਗੀ ਜੱਗ ਕਰਦੇ ਸੀ, ਸਾਡਾ ਲੋਕਾਂ ਦਾ ਹਿੱਸਾ ਦੇ ਵਿੱਚ ਪਾਉਂਦੇ ਸੀਗੇ ਉਹ। ਸਾਨੂੰ ਹੁਕਮ ਸੀਗੇ ਤੁਸੀਂ ਰੋਟੀ ਬਸ ਆ ਕੇ ਲਾਈਨਾਂ 'ਚ ਬੈਠੋ, ਲੰਗਰ ਛਕ ਜਾਓ ਅਤੇ ਜਾਓ। ਉਹ ਪਹਿਲੀ ਬਗਾਵਤ ਸੀ ਮੇਰੀ ਪਿੰਡ ਵਿੱਚ ਕਿ ਪਿੰਡ 'ਚ ਲੋਕਾਂ ਨੂੰ ਕਿਹਾ, ਸਾਡੇ ਲੋਕਾਂ ਨੂੰ ਖੜੇ ਖੇਤਰ ਵਿੱਚ ਸਾਡਾ ਹਿੱਸਾ ਪਾਓ ਵਿੱਚ ਜੱਗ 'ਚ, ਤਾਂ ਅਸੀਂ ਜੱਗ ਖਾਣ ਵਾਸਤੇ ਆਵਾਂਗੇ। ਤਾਂ ਉਹ ਕਾਫ਼ੀ ਰੌਲਾ ਪੈ ਗਿਆ ਸੀਗਾ ਅਤੇ ਆਂਢ ਗੁਆਂਢ ਦੇ 5-7 ਪਿੰਡ ਇਕੱਠੇ ਹੋ ਕੇ ਸਾਨੂੰ ਮਨਾਉਣ ਵਾਸਤੇ ਆਏ ਸੀਗੇ ਜੀ। ਅਸੀਂ ਨਹੀਂ, ਸਾਡਾ ਹਿੱਸਾ ਪਵਾਇਆ ਗਿਆ ਸੀਗਾ ਅਤੇ ਤਾਂ ਅਸੀਂ ਜੱਗ ਖਾਧੀ ਸੀ। ਉੱਥੇ ਉਹ ਕ੍ਰਾਂਤੀਕਾਰੀ ਸਿਸਟਮ ਸੀਗਾ। ਇਸ ਤਰ੍ਹਾਂ ਦੀ ਬਹੁਤ ਘਟਨਾਵਾਂ ਸਕੂਲ ਵਿੱਚ, ਸਕੂਲ 'ਚ ਮੈਂ ਇੱਕ ਆਪਣਾ ਨਾਟਕ ਖੇਡਿਆ ਲਿਖਿਆ ਸੀ, ਨਾਟਕ ਮੈਂ ਦਾਸ ਦੀ ਲਾਣਤ, ਹਾਂਜੀ, ਸਕੂਲ 'ਚ ਨਾਟਕ ਖੇਡਿਆ ਸੀ ਮੈਂ। ਉਹ ਕੁੜੀ ਕੋਈ ਤਿਆਰ ਨਹੀਂ ਸੀ ਵਿੱਚ ਕੁੜੀ ਬਣਨ ਵਾਸਤੇ, ਹਾਂਜੀ, ਕੁੜੀ ਬਣਨ ਵਾਸਤੇ ਕੁੜੀ ਤਿਆਰ ਨਹੀਂ ਸੀ, ਕੋਈ ਨਾਟਕ ਜ਼ਰੂਰੀ ਖੇਡਣਾ ਸੀਗਾ ਅਤੇ ਮਾਸਟਰ ਕਹਿਣ ਲੱਗਿਆ ਵੀ ਗੁਰਨਾਮ ਤੂੰ ਹੀ ਬਣ ਜਾ ਕੁੜੀ, ਤਾਂ ਮੈਂ ਉਹ ਨਾਟਕ ਕੁੜੀ ਬਣ ਕੇ ਵਿੱਚ ਮੈਂ ਨਾਟਕ ਖੇਡਦਾ। ਹੁਣ ਇੱਦਾਂ ਕਲਚਰ ਸੀਗਾ ਕਿ ਉਹ ਮੈਨੂੰ, ਉਹ ਲੋਕ ਜਿਹੜੇ ਮੁੰਡੇ ਸੀਗੇ ਨਾ ਪੜ੍ਹਦੇ ਨਾਲ, ਉਹ ਨਚਾਰ ਹੀ ਕਹਿਣ ਲੱਗ ਪਏ। ਮਤਲਬ ਕਿ ਇੱਕ ਅੱਛਾ ਪਾਤਰ ਨਾਟਕ ਕੀਤਾ ਸੀ ਮੈਂ, ਉਹਦੇ ਵਿੱਚ ਇੰਨਾ ਨਾਟਕ ਵਧੀਆ ਹੋਇਆ ਕਿ ਮੈਨੂੰ ਨਚਾਰਾਂ ਦੇ ਲਫ਼ਜ਼ 'ਤੇ ਮਤਲਬ ਕਿ ਔਰਤ ਕੁੜੀ ਦੇ ਤੌਰ 'ਤੇ ਪਛਾਣ ਲੱਗ ਪਏ। ਮਤਲਬ ਕਿ ਇੰਨਾ ਕੁਛ ਹੰਢਾਇਆ ਪਿੰਡ, ਮੈਂ ਕਿਹਾ ਵੀ ਲਿਖਣਾ ਚਾਹੀਦਾ। ਅਤੇ ਮੈਂ ਸੋਚਿਆ ਵੀ ਬਹੁਤ ਵੱਡੀਆਂ ਘਟਨਾਵਾਂ ਨੇ ਸਮਾਜ ਦੀਆਂ, ਸਮਾਜ ਵਿੱਚ ਇੰਨਾ ਘਿਰਨਾ ਕੰਮ ਹੋ ਰਿਹਾ, ਤਾਂ ਫਿਰ ਮੈਂ ਜਾਤ ਪਾਤ ਦੇ ਕੇਂਦਰ ਬਿੰਦੂ ਰੱਖ ਕੇ ਆਪਣੇ ਆਪ ਨੂੰ ਸਮਾਜ ਦੀ ਇੱਕ ਤਸਵੀਰ ਪੇਸ਼ ਕੀਤੀ ਜੋ ਕੱਖ ਕੰਢੇ ਵਿੱਚ ਹੈ। ਸਾਹਿਤ ਦੀ ਗੱਲ ਹੋ ਰਹੀ ਆ, ਸਮਾਜਿਕ ਸਰੋਕਾਰਾਂ ਦੀ ਗੱਲ ਹੋ ਰਹੀ ਆ, ਸਮਾਜ ਦੀ ਗੱਲ ਹੋ ਰਹੀ ਆ, ਸਮਾਜ ਦੇ ਵਿੱਚ ਹੁੰਦੇ ਹੋਏ ਵਿਤਕਰਿਆਂ ਦੀ ਗੱਲ ਹੋ ਰਹੀ ਆ।
जे आप गल करिए दरअसल मैं अच्छ समझ नहीं लग रही भी मैं समाजिक सरोकार की गल करा कि साहित्य की गल करा। वैसे दूजी गल ये भी है साहित्य रखो गल समाज सरोकार जाओगे तो बड़ी गल हो जाएगी। वैसे एक गल भी है जो साहित्य समाजिक सरोकार की गल नहीं करता वह भी कोई साहित्य नहीं होंगे पत्रकार नहीं साहित्यकार असल साहित्य दड़ा समाज सरोकार अदब। हाँ जी जो तुम समाजिक सरोकार नहीं जानते तो साहित्य लिख ही नहीं सकते साहित्य निकलता उतों आ समाजिक सरोकार तो यह बड़ी गल है। जिहड़ा जिवें कह लईए आपां जाति वितकरा हैगा गा जिवें आपां गल्लबात करिए तुहाडियां मैं कई इंटरव्यूज़ देखदा सी उह 'च वी देखिया सीगा इक ना सवाल आ मेरे मन दे विच तुसीं पहलां जवाब दित्ता होया कितें होर भी इत्थे वी दिओ कि जिहड़े दलित भाईचारा हैगा उहने गुरु ग्रंथ साहिब ते अपना दावा ही छड्ड दित्ता। हाँ गुरु ग्रंथ साहिब ते दावा उहना छड्डिया असल विच होया कि वी जदों ना पिंडां विच गुरद्वारा साहिब बणन लग पए ना ते तुसीं देखो पिंडां विच जट ही गुरद्वारां दे प्रधान बणदे आ जट ही बनते हैं गुरुद्वार के प्रधान कितने किसी गुरुद्वारे का देखा तुम कि अरदासी बंदा है जला है रामगढ़ी है देखा कहीं गुरुद्वार जरल गुरुद्वारे का उन्होंने की किया फिर अपने नवे गुरुद्वारे बना ले नवे गुरुद्वारे ना चले घट गए उन्ना काम नहीं कर सके फिर उन्हें डेरे में चले गए कोई सरसे चला गया कोई ब्यास चला गया उन्हें पिंड के जिमीदार भरावान वालों लताड़े गए लोग दो तरह लताड़े गए एक तो इकनोमिक तौर पर दिहाड़ी करते खेतों में दिहाड़ी पहला दिहाड़ी होंगी सी के सीरी हों पहला हिस्सा हों जो बिजली फ्री हुई पंजाब दे विच जट ने सीरी नू बंद करके नौकर रखता कि भाई तू नौकरी ले ला 50,000 ले ला 60,000 ले ला नौकरी तू हिस्सा तुम्हें मिलता क्योंकि हिस्सा बद जाना सी 15वां हिस्सा 10वां हिस्सा हिस्सा फर्ज कर लो भी उहदी फसल हो गई 10 लाख की लख चला गया फिर सीरी ठीक है ना जी क्यों लख में क्यों नवा मेरा 50,000 नौकर रखता बइए आ गए बिहारी आ गए ये तो 25,000 चले जाते ये तो बइए तो 5,000 कम कर दें मेरा महीने का मैं क्यों रखा इन्हों सीरी वह सीरी प्रथा खत्म इकनोमिक तौर तोड़ता साझ भी टुट गई कट साझ टुट गई ना जिहड़ा जिमीदार जट जिहड़ा पिंड दे विच जदों खेती एक मेरे नावल का एक हिस्सा है जदों खेती करता ना एक जट जिमीदार वो जो पहला पाँदा सीगा तां ऐ झोली भर के कहिंदा सीगा बीज पाउण वेले सच्चे पातशाह एक हिस्सा कड़ी जनौर वास्ते एक हिस्सा गरीब गरूबे वास्ते एक हिस्सा रब तेरे वास्ते सारे हिस्से पा के वह बीज पाया करता सीगा ते जट जिमीदार की मदद दे विच नाई उहदे नौ कटदा सीगा पहला सिर मुंडदे सीगे ते कमार उहदे वास्ते घड़े बणाउंदा सीगा खेतां विच घड़े पाणी दे रखे हुंदे सीगे चौर जिहड़ा पानी भर के लिया करता सीगा घड़िया दे विच चौर दा काम पानी भरना हुंदा सीगा जिहड़ा अरदासिया सीगा जिहड़ा जुत्तियां करता सीगा उहदा काम जुत्तियां करना हुंदा सीगा जिहड़ा मजबी सीगा जिहनूं बालमी कहिंदे आ उहदा काम साफ सफाई करना हुंदा सीगा ते जिहड़ा सुनार सीगा उहदे ब्याहां दे विच काम आउंदा सीगा सारियां कास्टां ने जिमीदार नूं उपर चक्कण वास्ते बड़ा मेहनत कीती आ बहुत मेहनत कीती आ जदों फिर ना जिमीदार अपना किसान खेतां दे विच बोल लगदा सीगा आपदब ਤਾਂ ਉਹ ਸਾਰਿਆਂ ਵਾਸਤੇ ਹਿੱਸਾ ਰੱਖਦਾ ਸੀਗਾ ਬੋਲ ਦੇ ਵਿੱਚ ਆਉਂਦਾ ਸੀਗਾ ਝਿਓਰ ਆ ਗਿਆ ਉਹਦੇ ਵਾਸਤੇ ਲੈ ਭਾਈ ਦੋ ਧੜੀਆਂ ਤੂੰ ਚੱਕ ਝਿਓਰ ਆ ਗਿਆ ਉਹਨੂੰ ਘੁਮਾਰ ਆ ਗਿਆ ਉਹਨੂੰ ਦੇਤੀਆਂ ਜੇ ਕੋਈ ਅਰਦਾਸ ਸੀ ਲੈ ਭਾਈ ਤੇਰੇ ਦੋ ਧੜੇ ਚੱਕ ਲੈ ਜਾ ਸਾਰਿਆਂ ਨੂੰ ਹਿੱਸਾ ਬਣਦਾ ਸੀਗਾ ਉਹ ਗੁਰਦੁਆਰੇ ਵਾਸਤੇ ਭਾਈ ਆਹ ਚੱਕ ਲੈ ਲਾ ਮੰਦਰ ਵਾਸਤੇ ਭਾਈ ਲੈ ਜਾ ਇੱਕ ਰਾਦਾ ਸੀ ਰੀੜੀ ਫਿਰ ਰੀੜੀ ਕਹਿੰਦੇ ਸੀ ਉਹਨੂੰ ਬੱਚਿਆਂ ਵਾਸਤੇ ਫਿਰ ਬੱਚਿਆਂ ਨੂੰ ਬਣਦਾ ਸੀਗਾ ਸੱਚੇ ਪਾਤਸ਼ਾਹ ਬੱਚਿਆਂ ਵਾਸਤੇ ਤੂੰ ਦਿੱਤਾ ਮੈਨੂੰ ਉਹ ਚੇਂਜ ਹੋ ਗਿਆ ਉਲਟ ਹੋ ਗਿਆ ਜ਼ਿਮੀਦਾਰ ਨਿੱਜ ਪੱਖੀ ਹੋ ਗਿਆ ਸੀਰ ਸਾਂਝੀ ਖਤਮ ਕਰਤਾ ਰੱਬ ਵਾਲਾ ਕਲਚਰ ਇੱਕ ਪਾਸੇ ਛੱਡਤਾ ਉਹ ਆਰਥਿਕਤਾ ਤੌਰ ਤੇ ਇਹਨਾਂ ਨੂੰ ਦੂਰ ਕਰ ਗਿਆ ਜਿਹੜੇ ਗਰੀਬ ਬੰਦੇ ਆ ਉਹ ਆਰਥਿਕਤਾ ਤੌਰ ਤੇ ਦੂਰ ਕੀਤਾ ਧਾਰਮਿਕ ਤੌਰ ਤੇ ਗੁਰਦੁਆਰਿਆਂ ਦੇ ਕਬਜ਼ਾ ਕਰ ਲਿਆ ਸ਼ਹਿਰਾਂ ਦੇ ਪਿੰਡਾਂ ਦੇ ਵਿੱਚ ਦੋ ਦਿਨ ਧਾਰਮਿਕ ਹੁੰਦਾ ਤੇ ਸਮਾਜਿਕ ਹੁੰਦਾ ਆਰਥਿਕ ਹੁੰਦਾ ਟੁੱਟ ਗਏ ਟੁੱਟਣ ਤੋਂ ਬਾਅਦ ਨੇ ਕੀ ਸੋਚਿਆ ਵੀ ਯਾਰ ਮੈਂ ਕੀ ਕਰਾਂ ਫਿਰ ਉਹਨਾਂ ਤੋਂ ਗੁਰੂ ਗ੍ਰੰਥ ਸਾਹਿਬ ਸੀਗਾ ਇੱਕ ਉਹ ਗੁਰੂ ਗ੍ਰੰਥ ਸਾਹਿਬ ਨੂੰ ਛੱਡਿਆ ਨਹੀਂ ਉਹਨੂੰ ਚੜਾ ਕੇ ਪਰਾਂ ਕਰਤਾ ਗਿਆ ਵੀ ਤੂੰ ਇਸ ਦੇ ਕਾਬਲ ਨਹੀਂ ਹੈਗਾ ਲੰਗਰ ਅੱਡ ਮੈਂ ਖੁਦ ਸਟੋਰੀਆਂ ਕੀਤੀਆਂ ਖਬਰਾਂ ਕੀਤੀਆਂ ਗੁਰਦੁਆਰਿਆਂ ਦੇ ਵਿੱਚ ਛੋਟੇ ਦਲਤਾਂ ਦੀਆਂ ਲਾਈਨਾਂ ਅੱਡ ਲੱਗ ਕੇ ਲੰਗਰ ਛਕਾਉਂਦੇ ਸੀਗੇ ਅਸੀਂ ਖੁਦ ਖਬਰਾਂ ਕੀਤੀਆਂ ਫਿਰ ਅੱਜ ਕੱਲ੍ਹ ਤਾਂ ਇਹ ਚੀਜ਼ ਚੇਂਜ ਹੋ ਗਈ ਆ ਅੱਜ ਵੀ ਬਹੁਤ ਸਾਰੇ ਉੱਥੇ ਜਾਓ ਉੱਥੇ ਗੁਰਦੁਆਰਾ ਹੈਗਾ ਬਠਿੰਡੇ ਦੇ ਕੋਲੇ ਮੈਂ ਕਿਹੜਾ ਨਾਂ ਗੁਰਦੁਆਰਾ ਤੁਹਾਨੂੰ ਲੈਵਾਂ ਇੱਥੇ ਉੱਥੇ ਅੱਜ ਵੀ ਲਾਈਨਾਂ ਵੱਖ ਲੱਗਦੀਆਂ ਨੇ ਗੁਰਦੁਆਰਾ ਸਾਹਿਬ ਦੇ ਵਿੱਚ ਸ਼੍ਰੋਮਣੀ ਕਮੇਟੀ ਨੂੰ ਪਤਾ ਪ੍ਰਧਾਨ ਜਾਂਦਾ ਉੱਥੇ ਬਾਦਲ ਸਾਹਿਬ ਉੱਥੇ ਜਾਂਦੇ ਆ ਰੂਮੀ ਵਾਲਾ ਰੂਮੀ ਵਾਲਾ ਹਾਂ ਉੱਥੇ ਅੱਜ ਵੀ ਚੱਲਦਾ ਕੰਮ ਇਹ ਕਹਿਣ ਦਾ ਭਾਵ ਗੁਰੂ ਗ੍ਰੰਥ ਸਾਹਿਬ
ਪੁੱਛੋ ਕੁਲਿਆ ਪੁੱਛੋ ਕੁਲਿਆ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਅੱਜ ਜਿਹੜੇ 22 ਧਾਰ ਦੇ ਰਾਜੇ ਸੀ ਨਾ ਅਦਬ ਉਹਨਾਂ ਨੇ ਕਿਹਾ ਸੀ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਨੂੰ ਵੀ ਇਹਨਾਂ ਚੂੜੇ ਚ ਮਾਤਾ ਵਿੱਚ ਕਿਹਾ ਸੀ ਇਹਨਾਂ ਤੋਂ ਤੁਸੀਂ ਅਲੱਗ ਸਾਨੂੰ ਅੰਮ੍ਰਿਤ ਛਕਾ ਦਿਓ ਤਾਂ ਅਸੀਂ ਤੁਹਾਡੇ ਚੇਲੇ ਬਣ ਜਾਵਾਂਗੇ। ਅੱਛਾ ਜੀ ਉਹ ਕਹਿੰਦੇ ਨਹੀਂ ਇਹ ਤਾਂ ਮੈਂ ਤੋੜਨ ਵਾਸਤੇ ਗੁਰੂ ਗੋਬਿੰਦ ਸਿੰਘ ਨੇ ਕਿਹਾ ਇਹ ਤਾਂ ਤੋੜਨ ਵਾਸਤੇ ਮੈਂ ਸਿੱਖ ਧਰਮ ਬਣਾ ਰਿਹਾ ਪੰਥ ਬਣਾ ਰਿਹਾ ਜੇਕਰ ਇਹ ਤੁਸੀਂ ਮੁੜ ਕੇ ਫਿਰ ਪੰਥ 'ਚ ਲੈ ਕੇ ਆ ਗਏ ਤਾਂ ਬਾਕੀ ਕੀ ਰਹਿ ਗਿਆ। ਅੱਜ ਉਹ 22 ਧਾਰ ਉਹ ਜਿਹੜੇ ਰਾਜੇ ਸੀਗੇ ਪਹਾੜੀ ਰਾਜੇ ਅੱਜ ਉਹ ਪਹਾੜੀ ਰਾਜੇ ਸਾਡੇ ਸਿੱਖ ਧਰਮ ਦੇ ਮਾਲਕ ਬਣ ਗਏ ਉਹ ਪਹਾੜੀ ਰਾਜਿਆਂ ਦੇ ਰੂਹਾਂ ਨੇ ਜਿਹੜਿਆਂ ਨੇ ਇਹ ਜਿਹੜੇ ਸੀਗੇ ਵਿਚਾਰੇ ਗਰੀਬ ਗਰੂਬੇ ਬੰਦੇ ਸੀਗੇ ਅਲੱਗ ਕਰਤਾ ਪਰ ਜੇ ਸਿੱਖ ਧਰਮ ਨੂੰ ਵੀ ਕਹੇ ਹੋਰ ਬਚਾਉਣਾ ਜਾਂ ਲੈ ਕੇ ਜਾਣਾ ਅੱਗੇ ਤਾਂ ਸਾਰਿਆਂ ਨੂੰ ਨਾਲ ਲਾਉਣਾ ਪਊਗਾ। ਨਹੀਂ ਜਦੋਂ ਜਿਹੜਾ ਇਹ ਅੱਜ ਮਾਲਕ ਹੈਗਾ ਸਿੱਖ ਧਰਮ ਦਾ ਜੱਟ ਪੰਜਾਬ ਦੇ 54 ਗੁਰਦੁਆਰਿਆਂ ਵਿੱਚ ਮਨਮਿੰਦਰ ਸਿੰਘ ਗਿਆਸਪੁਰ ਅੱਜ ਕੱਲ੍ਹ MLA ਨੇ ਉਹ ਉਹਨਾਂ ਨੇ ਸਰਵੇ ਕਰਾਇਆ ਸ਼੍ਰੋਮਣੀ ਕਮੇਟੀ ਦੇ ਗੁਰਦੁਆਰਿਆਂ 'ਤੇ 54 ਗੁਰਦੁਆਰਿਆਂ 'ਤੇ 54 ਗੁਰਦੁਆਰਿਆਂ ਵਿੱਚੋਂ 49 ਗੁਰਦੁਆਰਿਆਂ ਦੇ ਮੈਨੇਜਰ ਜੱਟ ਸੀਗੇ ਮਤਲਬ ਕਿ ਜੱਟ ਕਬਜ਼ਾ ਕਰ ਗਿਆ ਸਿੱਖ ਧਰਮ ਦੇ ਉੱਪਰ ਉਹ ਕਹਿੰਦਾ ਸਿੱਖ ਧਰਮ ਦਾ ਮੈਂ ਹੀ ਕਾਬਜ਼ਾ ਜੇਕਰ ਸ਼੍ਰੋਮਣੀ ਅਕਾਲੀ ਦਲ ਨੂੰ ਕੋਈ ਬੰਦਾ ਆਖੇ ਸ਼੍ਰੋਮਣੀ ਅਕਾਲੀ ਦਲ ਨੂੰ ਕੋਈ ਬੰਦਾ ਕਹੇ ਵੀ ਇਹ ਤੂੰ ਐਂ ਠੀਕ ਕਰ ਲੈ ਇਹਨੂੰ ਉਹ ਕਹਿੰਦਾ ਤੂੰ ਪੰਥ 'ਤੇ ਕੰਮਾਂ ਦਖਲਦਾਜੀ ਨਾ ਕਰ ਐਂ ਕਹਿੰਦੇ ਨਾ ਉਹ ਪੰਥ ਕਹਿੰਦੇ ਸ਼੍ਰੋਮਣੀ ਅਕਾਲੀ ਦਲ ਹੀ ਆ ਕਾਂਗਰਸ 'ਚ ਕੋਈ ਪੰਥ ਨਹੀਂ ਹੈਗਾ ਭਾਵੇਂ ਕਿ 100 ਸਿੱਖ ਵਧੀਆ ਹੁਣ ਕਾਂਗਰਸ 'ਚ ਉਹਨਾਂ ਵਾਸਤੇ ਸਿੱਖ ਪੰਥ ਕੋਈ ਆ ਮਤਲਬ ਕਿ ਜੱਟਵਾਦ ਨੇ ਕਬਜ਼ਾ ਕਰਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ 'ਤੇ ਸਿੱਖ ਪੰਥ ਉੱਤੇ ਸਿੱਖ ਪੰਥ ਗੈਰ ਸਿਧਾਂਤਕ ਕਰ ਦਿੱਤਾ ਇਸ ਕਰਕੇ ਭੱਜ ਗਏ ਵਿਚਾਰੇ ਕੋਈ ਡੇਰਿਆਂ ਵਿੱਚ ਕੋਈ ਤੁਸੀਂ ਲਾ ਲਓ ਬਈ ਆਪਣਾ ਕਿਸੇ ਨਿਰੰਕਾਰੀ ਪਹੁੰਚ ਗਿਆ ਜਾਂ ਕੋਈ ਈਸਾਈ ਬਣਨ ਜਾ ਰਹੇ ਹੁਣ ਈਸਾਈ ਬਹੁਤ ਬਣ ਰਹੇ ਹੁਣ ਬਹੁਤ ਬਣ ਰਹੇ ਆ ਕੋਈ ਈਸਾਈ ਬਣਨ ਜਾ ਕੇ ਅਸਲ 'ਚ ਉਹ ਆਪਣੇ ਜਦੋਂ ਡੇਰੇ 'ਚ ਲੈ ਗਏ ਛੱਡ ਗਏ ਨੇ ਜਿਵੇਂ ਸਰਸੇ ਗਏ ਉੱਥੇ ਸੈਕਟਰੀ ਬਣਾਤੇ ਉਹ ਜਿਹੜੇ ਵਿਚਾਰੇ ਦਲਿਤ ਸੀਗੇ ਉਹ ਸੈਕਟਰੀ ਸਾਹਿਬ ਕਹਿਣ ਲੱਗੇ ਉੱਥੇ ਨੂੰ ਮਾਨਤਾ ਆਓ ਜੀ ਹੱਥਾਂ ਕੇ ਮਿਲਣ ਲੱਗ ਪਏ ਉਹਨੂੰ ਬਸ ਉੱਥੇ ਸਤਿਕਾਰ ਮਿਲ ਰਿਹਾ ਇੱਥੇ ਦਰਕਾਰ ਮਿਲ ਰਿਹਾ ਫਿਰ ਬੰਦਾ ਸਤਿਕਾਰ ਦਾ ਭੁੱਖਾ ਹੁੰਦਾ ਅਦਬ ਨਾ ਕੇ ਦੁਰਕਾਰ ਦਾ ਭੁੱਖਾ ਹੁੰਦਾ। ਜੀ ਜੀ ਬਿਲਕੁਲ ਅਤੇ ਚਲੋ ਹੁਣ ਆਪਾਂ ਸਮਾਜਿਕ ਸਰੋਕਾਰਾਂ ਦੀ ਗੱਲ ਜਿਵੇਂ ਕਰੀ ਆ ਤਾਂ ਇੱਕ ਨਾਲ ਹੀ ਜਿਹੜੇ ਇਸੇ ਤਾਣੇ ਬਾਣੇ ਦੇ ਉੱਪਰ ਇੱਕ ਸ਼ਾਸਕ ਧਿਰ ਹੁੰਦੀ ਆ ਹਾਕਮ ਹੁੰਦਾ ਸਰਕਾਰ ਹੁੰਦੀ ਆ ਹੁਣ ਆਪਾਂ ਪੋਲੀਟਿਕਸ ਦੀ ਗੱਲ ਕਰਾਂਗੇ ਜਿਹਦੇ ਵਿੱਚ ਤੁਸੀਂ ਆ 100 ਕਰੋੜ ਇੱਕ ਲਵਿਆ ਇਹ ਕਹਾਣੀਆਂ ਇਹਦੇ ਵਿੱਚ ਹੈ ਨਾ ਜੀ ਹਾਂ ਕਹਾਣੀਆਂ ਤੁਸੀਂ ਇਹ ਇੱਕ ਇਹਨਾਂ ਦੀ ਖਾਸੀਅਤ ਆ ਗੁਰਨਾਮ ਸਿੰਘ ਅਕੀਦਾ ਜੀ ਦੀ ਕਿ ਆਪਣੀ ਗੱਲ ਨੂੰ ਕਹਾਣੀ ਦੇ ਜ਼ਰੀਏ ਬਿਆਨ ਕਰਦੇ ਨੇ ਚਾਹੇ 100 ਕਰੋੜ ਇੱਕ ਲਵਿਆ ਹੋ ਗਿਆ ਚਾਹੇ ਦਫਾ 498 ਏ ਇਹਨਾਂ ਦੋਨਾਂ ਕਿਤਾਬਾਂ ਬਾਰੇ ਅਸੀਂ ਤੁਹਾਡੇ ਤੋਂ ਜਾਣਦੇ ਹਾਂ ਵੀ ਪਹਿਲਾਂ 100 ਕਰੋੜ ਇੱਕ ਲਵਿਆ ਬਾਰੇ ਇਹਦੇ 'ਚ ਕੀ ਚੀਜ਼ ਆ 100 ਕਰੋੜ ਇੱਕ ਲਵਿਆ ਨਾ ਅਸਲ 'ਚ ਪੋਲੀਟਿਕਸ ਦੇ ਨਾਲ ਜੁੜੀ ਇੱਕ ਕਿਤਾਬ ਪੂਰੀ ਹੈ ਜਿਹਦੇ ਵਿੱਚ ਪੋਲੀਟਿਕਸ ਦੇ ਬਰੀਕੀਆਂ ਦੱਸੀਆਂ ਹੋਈਆਂ ਨੇ ਕਹਾਣੀਆਂ ਵਿੱਚ ਡੇਰਾਬਾਦ ਕਿਵੇਂ ਪੋਲੀਟਿਕਸ 'ਚ ਕੰਮ ਕਰਦਾ ਦੱਸਿਆ ਉਹਦੇ ਵਿੱਚ ਜਿਹੜਾ ਦਿੱਲੀ ਕਤਲੇਆਮ ਹੋਇਆ ਉਹ ਪੋਲੀਟਿਕਸ ਦਾ ਕੀ ਰੋਲ ਸੀਗਾ ਉਹਦੇ ਵਿੱਚ ਦੱਸਿਆ ਉਹਦੇ ਵਿੱਚ 100 ਕਰੋੜ ਇੱਕ ਲਵਿਆ ਭਾਰਤ ਦੀ 100 ਕਰੋੜ ਆਬਾਦੀ ਆ ਫਰਜ਼ ਕਰ ਲਓ ਉਹ 100 ਕਰੋੜ ਬੰਦਾ ਫਰਜ਼ ਕਰ ਲਓ ਵੋਟ ਪਾਉਂਦਾ ਆਪਣਾ ਗੁੱਠਾ ਲਾ ਕੇ ਆਉਂਦਾ ਉਹ ਵੋਟ ਪਾਉਣ ਵੇਲੇ ਆਪਣਾ ਗੁੱਠਾ ਕੱਟ ਕੇ ਦੇ ਆਉਂਦਾ ਉਹ 5 ਸਾਲਾਂ ਵਾਸਤੇ ਜਿਵੇਂ ਦਰੋਣਾਚਾਰੀਆ ਨੇ ਇੱਕ ਲਵਿਆ ਤੋਂ ਗੁੱਠਾ ਲਿਆ ਨਿਹੱਥਾ ਕਰਤਾ ਸੀਗਾ ਤੀਰਅੰਦਾਜ਼ੀ ਨਿਹੱਥਾ ਕਰਤਾ ਸੀ ਹਾਂਜੀ ਦਰੋਣਾ ਅੱਜ ਦਾ ਅੱਜ ਕੱਲ੍ਹ ਤਾਂ ਦਰੋਣਾਚਾਰੀ ਅਵਾਰਡ ਮਿਲ ਰਹੇ ਨੇ ਮੈਂ ਲਾਹਣਤ ਪੇਸ਼ ਕਰਾਂ ਦਰੋਣਾਚਾਰੀ ਅਵਾਰਡ ਦੇਣਾ ਨੂੰ ਜਿਹੜੇ ਖੇਡਾਂ ਵਾਲਿਆਂ ਨੂੰ ਜਿਸ ਦਰੋਣਾਚਾਰੀ ਨੇ ਆਪਣੇ ਚੇਲੇ ਦਾ ਗੁੱਠਾ ਕੱਟ ਲਿਆ ਸੀਗਾ ਉਹਦਾ ਅਵਾਰਡ ਕਾਹਦਾ ਬਣਦਾ ਬਈ ਅੱਜ ਕੱਲ੍ਹ ਤਾਂ ਅਵਾਰਡ ਦੇਣ ਲੱਗੇ ਨੇ ਜੇ ਦਰੋਣਾਚਾਰੀ ਦੇ ਗੁੱਠਾ ਵੱਢ ਲਿਆ ਸੀ ਆਪਣੇ ਚੇਲੇ ਦਾ ਇਕਲਵਿਆ ਦਾ ਅੱਜ ਉਹੀ ਆ ਵੀ ਉਹ ਹਰ 5 ਸਾਲਾਂ ਬਾਅਦ ਵੋਟਾਂ ਹੁੰਦੀਆਂ ਨੇ ਅਤੇ ਅਸੀਂ ਗੁੱਠਾ ਆਪਣਾ ਜਾ ਕੇ ਦੇ ਆਉਂਦੇ ਹਾਂ 5 ਸਾਲ ਵਾਸਤੇ ਨਿਹੱਥੇ ਹੋ ਜਾਂਦੇ ਆਪਾਂ ਜੀ 5 ਸਾਲ ਬਾਅਦ ਫਿਰ ਗੁੱਠਾ ਫਿਰ ਜਨਮ ਦਿੰਦਾ ਆਪਣਾ ਫਿਰ ਗੁੱਠਾ ਬਾਹਰ ਆ ਜਾਂਦਾ ਜੀ ਫਿਰ ਲੈਣ ਵਾਸਤੇ ਆ ਜਾਂਦੇ ਨੇ ਰੌਲਾ ਪਾਉਣ ਵਾਸਤੇ ਮਹੀਨੇ ਕੁ ਬਾਅਦ ਰੌਲਾ ਪੈਂਦਾ ਤੇ ਗੁੱਠਾ ਲੈ ਕੇ ਫਿਰ ਭੱਜ ਜਾਂਦੇ ਨੇ ਉਹ ਸਸੀ ਨਿਹੱਥੇ ਇਹ ਕਿਤਾਬ ਦਾ ਮਤਲਬ ਪੂਰਾ ਸਾਰਾ ਉਹ ਆ ਪੋਲੀਟਿਕਸ ਦੇ ਉੱਤੇ ਆ। ਅਕੀਦਾ ਜੀ ਜਿਹੜੀ ਤੁਸੀਂ ਦਫਾ 498 ਏ ਲਿਖੀ ਆ ਕਹਾਣੀ ਸੰਗ੍ਰਹਿ ਆ ਇਹਦੇ ਬਾਰੇ ਦੱਸੋ ਵੀ ਇਹ 'ਚ ਕਿਹੋ ਜਿਹੀਆਂ ਕਹਾਣੀਆਂ ਅਤੇ ਕਿਹੜੀ ਕਾਨੂੰਨ ਦੀ ਜਾਣਕਾਰੀ ਦਿੰਦੀ ਹੈ ਇਹ ਕਿਤਾਬ? ਅਸਲ ਵਿੱਚ ਨਾ ਦਫਾ 498 ਏ ਹੁੰਦੀ ਆ ਦਾਜ ਦੀ ਧਾਰਾ ਇਹ ਮਾੜਾ ਜਿਹਾ ਕੋਈ ਕੁੜੀ ਅਤੇ ਰੌਲਾ ਪੈ ਜਾਵੇ ਮੁੰਡੇ ਦਾ ਅਤੇ ਥਾਹ ਜਾਂਦੀ ਆ ਕੁੜੀ ਆਪਣੇ ਮਾਪਿਆਂ ਕੋਲ ਅਤੇ ਥਾਹ ਜਾ ਕੇ ਪੁਲਿਸ ਕੋਲ ਜਾਂਦੀ ਆ ਪੁਲਿਸ ਕੋਲ ਇੱਕੋ ਹੀ ਕੰਮ ਹੁੰਦਾ 498 ਲਾਓ ਦਾਜ ਦੀ ਧਾਰਾ ਲਾਓ ਅਤੇ ਅੰਦਰ ਗੁਰੂ ਚੱਕ ਕੇ ਉਹ ਧਾਰਾ ਇਹ ਜੀ ਖਤਰਨਾਕ ਆ ਕਿ ਘਰ ਤੋੜ ਦਿੰਦੇ ਆ। ਸੁਣਿਆ ਕਹਿੰਦੇ ਜਿੱਥੇ ਆਪਣਾ ਕਾਨੂੰਨ ਹੀ ਇਹੋ ਜਿਹਾ ਜੇ ਕੁੜੀ ਨੇ ਔਰਤ ਨੇ ਕਹਿਤਾ ਵੀ ਮੇਰੇ ਨਾਲ ਇਹ ਚੀਜ਼ ਹੋਈ ਆ ਤਾਂ ਕੋਈ ਉਹਨੂੰ ਕਹਿ ਲਓ ਵੀ ਹਰ ਪਾਸਿਓਂ ਕਾਨੂੰਨ ਉਹਦੇ ਪੱਖ ਦਾ ਹੀ ਆ।
ਹੁਣ ਇਹ ਹੋ ਗਿਆ ਵੀ ਪਹਿਲਾਂ ਨਾ ਮਾਂ ਬਾਪਾਂ ਨਾਲ ਪਹਿਲਾਂ ਫੜਦੇ ਸੀਗੇ ਮਾਂ ਬਾਪਾਂ ਨੂੰ ਨਾਲ ਕੁੜੀ ਰਿਸ਼ਤੇਦਾਰਾਂ ਨੂੰ ਫੜ ਲੈਂਦੇ ਸੀ ਹੁਣ ਉਹ ਨਹੀਂ ਰਿਹਾ ਅੱਛਾ ਸਿਰਫ ਮੁੰਡੇ ਤੇ ਹੀ ਹੁੰਦਾ ਕੇਸ ਇਹ ਜੀ ਜਿੱਕੇ ਵੀ ਪੁਲਿਸ ਕਰਨ ਦੀ ਆ ਪਰ ਉਹ ਪੁਲਿਸ ਨਹੀਂ ਕਰ ਸਕਦੀ ਹੁੰਦੀ ਤੇ ਇਹ ਕਿਤਾਬ ਜਿਹੜੀ ਹੈਗੀ ਆ ਦਵਾ 498 ਇਹ ਉਹਨਾਂ ਸੰਭਾਵਨਾਵਾਂ ਨੂੰ ਸਪਸ਼ਟ ਕਰਦੀ ਆ ਕਿ ਇਨ ਬੈੱਡਰੂਮ ਪਤੀ ਪਤਨੀ ਬੈੱਡਰੂਮ ਵਿੱਚ ਝਗੜਾ ਹੁੰਦਾ ਉਹਨਾਂ ਦਾ ਬੈੱਡਰੂਮ ਦੇ ਝਗੜੇ ਨੂੰ ਮਾਂ ਬਾਪਾਂ ਤੱਕ ਲੈ ਆਉਂਦੇ ਆ ਉਹ ਤੇ ਤਲਾਕ ਤੱਕ ਪਹੁੰਚ ਜਾਂਦੀ ਆ ਗੱਲ ਇਹ 'ਚ ਕਿਤਾਬ 'ਚ ਬੜੇ ਬਰੀਕੀ ਨਾਲ ਸਮਝਾਇਆ ਹੋਇਆ ਵੀ ਆਪਣੀ ਜ਼ਿੰਦਗੀ ਨੂੰ ਦੋਵੇਂ ਪਤੀ ਪਤਨੀ ਕਿਵੇਂ ਕੱਟ ਸਕਦੇ ਆ ਫੋਨ ਦਾ ਕੀ ਰੋਲ ਹੈਗਾ ਫੋਨ ਤੁਹਾਨੂੰ ਕਿੰਨਾ ਖਤਮ ਕਰ ਰਿਹਾ ਪਰਿਵਾਰਕ ਸਿਸਟਮ ਨੂੰ ਜਿਹੜਾ ਫੋਨ ਦੇ ਨੇ ਆਂਢੀ ਗੁਆਂਢੀ ਤੁਹਾਨੂੰ ਕਿੰਨਾ ਸਿਸਟਮ ਕਰਦੇ ਆ ਮਾਂ ਬਾਪ ਕੁੜੀ ਦੇ ਮਾਂ ਬਾਪ ਕਹਿੰਦੇ ਨਾ ਜੀ ਅੱਗੇ ਕੁੜੀ ਦੀ ਦੀ ਸੱਸ ਹੀ ਮਾੜੀ ਹੁੰਦੀ ਆ ਕਿ ਜਿਹੜੀ ਕੁੜੀ ਦੀ ਮਾਂ ਉਹ ਨਹੀਂ ਮਾੜੀ ਹੋ ਸਕਦੀ ਜੀ ਆਪਾਂ ਸਿਰਫ ਕਹਿੰਦੇ ਵੀ ਜੀ ਕੁੜੀ ਦੀ ਸੱਸ ਸੱਸ ਸਹੁਰਾ ਕੁੜੀ ਦਾ ਜੀ ਮੁੰਡੇ ਦੇ ਮਾਂ ਬਾਪ ਉਹੀ ਮਾੜੇ ਹੁੰਦੇ ਆ ਸੱਸ ਸਹੁਰੀ ਮਾੜੇ ਹੁੰਦੇ ਆ ਕੀ ਕੁੜੀ ਦੀ ਮਾਂ ਨਹੀਂ ਮਾੜੀ ਹੋ ਸਕਦੀ ਉਹ ਨਹੀਂ ਗੱਲ ਸਮਝਾ ਸਕਦੀ ਜਿਹੜੀ ਕੁੜੀ ਕਹਿੰਦੇ ਆਪਣੇ ਮਾਂ ਬਾਪਾਂ ਤੋਂ ਵਿਆਹ ਤੋਂ ਬਾਅਦ ਪੜ੍ਹਾਈ ਲੈਂਦੀ ਰਹਿੰਦੀ ਆ ਨਾ ਉਹਨੂੰ ਤਲਾਕ ਦੀ ਡਿਗਰੀ ਬਹੁਤ ਸੱਤੀ ਮਿਲ ਜਾਂਦੀ ਆ ਤਲਾਕ ਨੂੰ ਫੜਦੇ ਹੀ ਹੁੰਦਾ ਇਹ ਕਿਤਾਬ ਦਵਾ 497 ਇਹ ਉਹ ਉਹਨਾਂ ਧੀਆਂ ਵਾਸਤੇ ਉਹਨਾਂ ਭੈਣਾਂ ਵਾਸਤੇ ਜਿਹੜੀ ਜ਼ਿੰਦਗੀ ਸਹੀ ਤਰੀਕੇ ਨਾਲ ਜਿਉਣਾ ਚਾਹੁੰਦੀਆਂ ਨੇ ਇਹ ਕਿਤਾਬ ਉਹ ਪੜ੍ਹ ਲੈਣ ਤਾਂ ਉਹਨਾਂ ਦੇ ਘਰੇ ਕਦੇ ਝਗੜਾ ਨਹੀਂ ਹੋਏਗਾ ਜੀ ਜੀ ਬਹੁਤ ਵਧੀਆ ਕਿਤਾਬ ਲਿਖੀ ਹੈ ਤੁਸੀਂ ਇਹ ਦਫ਼ਾ 498 ਅੱਛਾ ਇਹ ਕਿਤਾਬਾਂ ਤੁਹਾਡੀਆਂ ਕਿੱਥੇ ਅਵੇਲੇਬਲ ਨੇ ਜੇ ਕਿਸੇ ਨੇ ਮੰਗਵਾਉਣੀਆਂ ਹੋਣ ਆਪਣਾ ਨੰਬਰ ਵੀ ਦੱਸ ਦਿਓ ਨਾਲੋਂ ਨਾਲ ਅਤੇ ਜਿੱਥੋਂ ਉਪਲਬਧ ਹੋਣੀਆਂ ਉਹ ਵੀ ਦੱਸ ਦਿਓ ਜੀ ਇਹ ਕਿਤਾਬ ਜਿਹੜੀ ਹੈਗੀ ਨਾ ਦਫ਼ਾ 498 ਇਹ ਛਾਪੀ ਆ ਇਹਨੇ ਵਿਸ਼ਵ ਭਾਰਤੀ ਵਾਲਿਆਂ ਨੇ ਕਾਕੰਡੇ ਛਾਪੇ ਵਿਸ਼ਵ ਭਾਰਤੀ ਵਾਲਿਆਂ ਨੇ ਇੱਕ ਕਿਤਾਬ ਇਹ ਜਿਹਨਾਂ ਪੁੱਠੀਆਂ ਕਦਾਂ ਲੁਹਾਂਜਾ ਨਾ ਇਹਦੇ ਬਾਰੇ ਵੀ ਕਰਾਂਗੇ ਗੱਲ ਪਹਿਲਾਂ ਤੁਸੀਂ ਸਾਰੀਆਂ ਕਿਤਾਬਾਂ ਸਾਰੀਆਂ ਕਤਲ ਹੋ ਰੱਬ ਅਨਪ੍ਰਿੰਟਡ ਹੈ ਨਹੀਂ ਉਹ ਕਿਤਾਬ ਅਨਸਟਾਕ ਹੋ ਚੁੱਕੀ ਆ ਪੱਤਰਕਾਰ ਦੀ ਮੌਤ ਵੀ ਹੁਣ ਦੁਬਾਰਾ ਛਪ ਰਹੀ ਆ ਇਹਦਾ ਐਡੀਸ਼ਨ ਅਗਲੇ ਆ ਰਿਹਾ ਇਹ ਕਹਿੰਦੇ ਵਾਹਿਦ ਇੱਕੋ ਇੱਕ ਕਿਤਾਬ ਆ ਜਿਹੜੀ ਪੱਤਰਕਾਰਾਂ ਨੂੰ ਕਹਿ ਲਓ ਵੀ ਪੋਤੜੇ ਫਰੋਲਦੀ ਆ ਇਹ ਇੱਕੋ ਕਿਤਾਬ ਆ ਜਿਵੇਂ ਅਕੀਦਾ ਦੁਨੀਆਂ ਵਿੱਚ ਇੱਕੋ ਹੀ ਹੈ ਨਾ ਇਹ ਪੱਤਰਕਾਰਾਂ ਦੀ ਪੋਤੜੇ ਫਰੋਲਣ ਵਾਲੀ ਕਿਤਾਬ ਵੀ ਇੱਕੋ ਹੀ ਹੈ ਜੀ ਜੀ ਪੱਤਰਕਾਰਾਂ ਦੀ ਧੁਰ ਦੱਸਦੀ ਆ ਵੀ ਪੱਤਰਕਾਰ ਕਿੰਨਾ ਬੁੱਧੂ ਬਣਾਉਂਦੇ ਆ ਲੋਕਾਂ ਨੂੰ ਪੋਲੀਟੀਸ਼ਨਾਂ ਨੂੰ ਅੱਛਾ ਚਲੋ ਇਹ ਕਿਤਾਬਾਂ ਮਿਲੂਗੀ ਕਿੱਥੋਂ 498 ਇਹ ਤਾਂ ਤੁਹਾਨੂੰ ਆਮ ਆਨਲਾਈਨ ਜਾਂ ਬੁੱਕ ਸਟੋਰਾਂ ਤੋਂ ਕਿੱਥੋਂ ਮਿਲ ਜਾਂਦਾ ਇਹ ਤੁਸੀਂ ਜਿਵੇਂ ਤੁਸੀਂ ਸਮਾਜਿਕ ਚੀਜ਼ਾਂ ਬਾਰੇ ਲਿਖਿਆ ਤੁਸੀਂ ਇਤਿਹਾਸ ਨੂੰ ਵੀ ਆਪਣੀ ਕਲਮ ਦੇ ਵਿੱਚ ਕਹਿ ਲਓ ਵੀ ਪਰੋਇਆ ਹੋਇਆ ਜਿੰਨਾ ਪੁੱਠੀਆਂ ਖੱਲਾਂ ਲੁਹਾਈਆਂ ਇਹਦੇ ਬਾਰੇ ਦੱਸੋ ਕਿਤਾਬ ਬਾਬਾ ਜੈ ਸਿੰਘ ਖਲਕਟ ਹੋਇਆ ਇੱਕ ਉਹ ਜਿਹੜੇ ਸੀਗੇ ਨਾ ਬੰਦਾ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦਾ ਨਾਮ ਉਹਨਾਂ ਨੇ ਲਿਆ ਸੀ ਅੰਮ੍ਰਿਤ ਛਕਿਆ ਸੀਗਾ ਅਤੇ ਉਹ ਅੰਮ੍ਰਿਤ ਦੇ ਬੜੇ ਪ੍ਰਪੱਕ ਸੀਗੇ ਇੱਕ ਦਿਨ ਉਹ ਖੂਹ 'ਤੇ ਬੈਠੇ ਸੀਗੇ ਇੱਕ ਅਬਦੁਲ ਸਮੁੰਦ ਖਾਨ ਦਾ ਨਾਂ ਦਾ ਸੂਬੇਦਾਰ ਸੀ ਸਰਹੰਦ ਦਾ ਅਤੇ ਉਹਦਾ ਇੱਕ ਸੀਗਾ ਵਜ਼ੀਰ ਉਹਦਾ ਵਜ਼ੀਰ ਸੀਗਾ ਉਹ ਚਲਿਆ ਗਿਆ ਰੁੱਸ ਕੇ ਉਹਨੂੰ ਬਣਾ ਰਿਹਾ ਸੀ ਉਹ ਜ਼ਬਰਦਸਤੀ ਮੁਸਲਮਾਨ ਉਹ ਪਟਿਆਲੇ ਆ ਗਿਆ ਸਨੌਰ ਸੀ ਪਹਿਲਾਂ ਪਟਿਆਲਾ ਨਹੀਂ ਸੀਗਾ ਸਨੌਰ ਆ ਗਿਆ ਸੀਗਾ ਉਹਨੂੰ ਲੈਣ ਵਾਸਤੇ ਆਪਣਾ ਲੋਹ ਲਸ਼ਕਰ ਲੈ ਕੇ ਆ ਰਿਹਾ ਸੀ ਪਟਿਆਲੇ ਵੱਲ ਨੂੰ ਰਸਤੇ ਵਿੱਚ ਜੈ ਸਿੰਘ ਬੈਠਾ ਸੀ ਖੂਹ ਦੇ ਉੱਤੇ ਸਿਰ ਧੋ ਰਿਹਾ ਸੀਗਾ ਇਹ ਸੀਗਾ ਰਵਦਾਸੀਆ ਕੌਮ ਦਾ ਬੰਦਾ ਅਤੇ ਇਸ ਬੰਦੇ ਨੂੰ ਸਿੱਖ ਸੀਗਾ ਪੂਰਾ ਗੁਰਸਿੱਖ ਸੀਗਾ ਅਤੇ ਇਹਨੂੰ ਕਿਹਾ ਗਿਆ ਅਸਲ 'ਚ ਕੀ ਹੁੰਦਾ ਸੀ ਪਹਿਲਾਂ ਬੋਝਾ ਹੁਣ ਚੁੱਕਦੇ ਸੀਗੇ ਇੱਥੋਂ ਬੋਝਾ ਚੁੱਕਿਆ ਬੋਝਾ ਹੁੰਦਾ ਸੀ ਹੁੱਕਾ ਉਹਦੇ 'ਤੇ ਹੁੰਦਾ ਸੀਗਾ ਉਹ 'ਚ ਮਾੜਾ ਮਾੜਾ ਸਮਾਨ ਚਿਲਮ ਹੁੰਦੀ ਸੀਗੀ ਉਹਦੇ ਵਿੱਚ ਸਮਾਨ ਹੁੰਦਾ ਸੀਗਾ ਇਹ ਸੀਗਾ ਅੰਮ੍ਰਿਤਧਾਰੀ ਜੈ ਸਿੰਘ ਇਹਨੂੰ ਕਿਹਾ ਗਿਆ ਚੱਕ ਬੋਝਾ ਤੂੰ ਅੱਗੇ ਛੱਡ ਗਿਆ ਕਹਿੰਦਾ ਵਿੱਚ ਕੀ ਹੈ ਕਹਿੰਦਾ ਹੁੱਕਾ ਕਹਿੰਦਾ ਮੈਂ ਗੁਰੂ ਦਾ ਸਿੱਖ ਹਾਂ ਮੈਂ ਨਹੀਂ ਹੁੱਕਾ ਜਾਂਦਾ ਚੱਕਦਾ ਕਹਿੰਦਾ ਨਹੀਂ ਅਬਦੁਲ ਸਮੁੰਦ ਖਾਨ ਨੇ ਕਹਾਣੀ ਤਾਂ ਵੱਡੀ ਆ ਅਬਦੁਲ ਸਮੁੰਦ ਖਾਨ ਨੇ ਇਸ ਨੂੰ ਪੁੱਠਾ ਲਟਕਾ ਲਿਆ ਇਹਦੀ ਘਰਵਾਲੀ ਸੀਗੀ ਧੰਨ ਕੌਰ ਉਹ ਕਤਲ ਸ਼ਹੀਦ ਕੀਤੀ ਇਹਦਾ ਪੁੱਤ ਸੀਗਾ ਖੜਕ ਸਿੰਘ ਉਹ ਸ਼ਹੀਦ ਕੀਤਾ ਉੱਥੇ ਫੌਜ ਨੇ ਕੀਤਾ ਉਹਨੇ ਪੁੱਤ ਸੀਗਾ ਕੜਾਕਾ ਸਿੰਘ ਉਹ ਸ਼ਹੀਦ ਕੀਤਾ ਇੱਕ ਨੂੰਹ ਸੀਗੀ ਉਹ ਸ਼ਹੀਦ ਕੀਤੀ ਇਹ ਪੂਰੇ ਨਾਵਲ ਦੀ ਪ੍ਰਤੱਖਤਾ ਦਾ ਇਤਿਹਾਸ ਆ ਹੈ ਉਹ ਬਾਬਾ ਜੈ ਸਿੰਘ ਖਲਕੜ ਦਾ ਉਹ ਉਹਨੂੰ ਪੁੱਠਾ ਟੰਗ ਕੇ ਉਹਦੀ ਪੁੱਠੇ ਪਾਸਿਓਂ ਖਲ ਲਾਤੀ ਸੀਗੀ ਬਾਬਾ ਜੈ ਸਿੰਘ ਖਲਕੜ ਦੀ ਪੁੱਠੇ ਪਾਸਿਓਂ ਖਲ ਲਾਤੀ ਸੀਗੀ ਇਹ ਇਹਦਾ ਬਾਰਨ ਪਿੰਡ 'ਚ ਇਤਿਹਾਸ ਹੈਗਾ ਅਤੇ ਇਸ ਜਿਹਨਾਂ ਪੁੱਠੀਆਂ ਖੱਲਾਂ ਲੁਹਾਈਆਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵਿੱਚੋਂ ਪੁਰਾਣੇ ਬੰਦਾ ਸੀ ਕੋਈ ਉਹਨਾਂ ਨੇ ਅਰਦਾਸ ਵਿੱਚੋਂ ਲੈਨ ਵੀ ਕੱਢਤੀ ਸੀਗੀ ਇਹ ਜਿਨ੍ਹਾਂ ਪੁੱਠੀਆਂ ਖੱਲਾਂ ਲੁਹਾਈਆਂ ਲੈਨ ਕੱਢਦੀ ਸੀਗੀ ਅਸੀਂ ਤਾਂ ਹੀ ਇਹ ਲੈਨ ਕਾਹਤੋਂ ਕੱਢਤੀ ਇਹ ਹੁਣ ਉਹ ਕਿਉਂਕਿ ਬੰਦਾ ਵਿਚਾਰਾ ਗਰੀਬ ਜਾਤੀ ਨੂੰ ਸਮਝ ਰੱਖਦਾ ਸੀਗਾ ਮੇਰੀ ਭਾਵਨਾ ਵੀ ਇਹੀ ਹੈ ਗੱਲ ਮੰਤਰਾਲਾ ਤਾਂ ਹੀ ਕੱਟੀ ਸੀ ਉਹਨਾਂ ਨੇ ਜਿਨ੍ਹਾਂ ਪੁੱਠੀਆਂ ਖੱਲਾਂ ਲੁਹਾਈਆਂ ਗਰੀਬ ਜਾਤੀ ਨੂੰ ਸਮਝ ਰੱਖਦਾ ਬੰਦਾ ਵੀ ਆਪਾਂ ਜੇਕਰ ਇਹ ਲਿਖਾਂਗੇ ਵਿੱਚ ਤਾਂ ਉਹਨਾਂ ਨੂੰ ਨਾਂ ਵਿੱਚ ਆਊਗਾ ਕਿਉਂਕਿ ਤੁਸੀਂ ਦੇਖੋ ਨਾ ਜਿਹੜੇ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦੇ ਨਾਲ ਕਿਲੇ ਅਨੰਦਪੁਰ ਸਾਹਿਬ ਦੇ ਕਿਲਾ ਛੱਡਣ ਤੋਂ ਬਾਅਦ ਨਾਲ ਆਏ ਲੜੀ ਚਮਕੌਰ ਦੀ ਕਿਹੜੀ ਲੜੀ ਦਾ ਨਾਂ ਕਿਤੇ ਹੈਗਾ ਤੁਹਾਨੂੰ ਕਿਤੇ ਮਿਲਦਾ ਨਾ ਨਹੀਂ ਮਿਲਦਾ ਨਾ ਕਿਤੇ ਨਹੀਂ ਮਿਲਦਾ ਨਾ ਉਹਨਾਂ ਦਾ ਉਹ ਵਿਚਾਰੇ ਸ਼ਹੀਦ ਹੋ ਗਏ ਗੁਰੂ ਸਾਹਿਬ ਨਾਲ ਕਿਤੇ ਵੀ ਇਤਿਹਾਸ 'ਚ ਮਿਲਦਾ ਨੀਗਾ
ਅਗਲੀ ਗੱਲ ਆ ਗਈ ਪਰ 40 ਮੁਕਤੇ ਸੀਗੇ ਜਿਹਨਾਂ ਬੇਦਾਵਾ ਲਿਖਿਆ ਸੀਗਾ ਉਹ ਸਾਰਿਆਂ ਦੇ ਨਾਂ ਮਿਲਦੇ ਆ ਆਨਲਾਈਨ ਮਿਲਦੇ ਆ ਤੁਹਾਨੂੰ ਉਹਨਾਂ ਦੇ ਨਾਂ ਤੇ ਮਿਲਾ ਹੀ ਭਰਦਾ ਜਿਹਨੇ ਬੇਦਾਵਾ ਲਿਖ ਗਏ ਸੀਗੇ ਬੇਦਾਵਾ ਲਿਖ ਲਿਆ ਵੱਡੇ ਬੰਦੇ ਸੀਗੇ ਵੱਡੀਆਂ ਕਾਸਟ ਦੇ ਬੰਦੇ ਸੀਗੇ ਮਾਝੇ ਤੋਂ ਸੀਗੇ ਉਹ ਵੱਡੇ ਬੰਦੇ ਸੀ ਉਹਨਾਂ ਨਾਲ ਮਿਲਦੇ ਆ ਜਿਹੜੇ ਬੰਦੇ ਨਾਲ ਵਰ ਕੇ ਉਹ ਚ ਗਰੀਬ ਸੀਗੇ ਖਤਮ ਮਤਲਬ ਕਿ ਉਹਨਾਂ ਦਾ ਇਤਿਹਾਸ ਖਤਮ ਕੀਤਾ ਗਿਆ ਇਵੇਂ ਇਤਿਹਾਸਕ ਨਾਵਲ ਲਿਖ ਕੇ ਉਹਨਾਂ ਲੋਕਾਂ ਦਾ ਇਤਿਹਾਸ ਜਾਗਰਤ ਕਰਨ ਦੀ ਕੋਸ਼ਿਸ਼ ਕੀਤੀ ਆ ਜਿਹਨਾਂ ਲੋਕਾਂ ਨੇ ਸਿੱਖ ਧਰਮ ਵਾਸਤੇ ਆਪਣਾ ਪਰਿਵਾਰ ਹੀ ਵਾਰਤੇ जी जी बिल्कुल अच्छा तुसी ना इहदे तों बिना भी पुआधी सभ्याचार पंजाब दीआं रियासतां बारे भी तुसी कार्ज कीता जिहड़ा हाले आउणा हैगा गा ते तुहाडीआं मुल दीआं रातां ओह नावल आ हैना हां नावल मेरा असल च इक तुहाडा ना बेअदबी करके भी है नावल आ ਉਹਦੇ ਬਾਰੇ ਵੀ ਦੱਸੋ ਜੀ ਅਸਲ ਮੇਰੇ ਨਾ ਇੱਕ ਤਾਂ ਪੁਆਧੀ ਸੱਭਿਆਚਾਰ ਨਾਂ ਦਾ ਇੱਕ ਵੱਡਾ 1400 ਪੇਜ ਦਾ ਗ੍ਰੰਥ ਲੈਵਲ ਦਾ ਇੱਕ ਕਿਤਾਬ ਹੈ ਦੋ ਭਾਗ ਆ ਉਹਦੇ ਪੰਜਾਬੀ ਯੂਨੀਵਰਸਿਟੀ ਵੀ ਛਪ ਰਿਹਾ ਉਹਦੀ ਸਤਜੁਗ ਤੋਂ ਲੈ ਕੇ ਪੁਆਧ ਦੇ ਇੱਕ ਇੱਕ ਚੀਜ਼ ਦੀ ਖੋਜ ਆ ਮਤਲਬ ਕਿ 18 PhDਆਂ ਵਰਗਾ ਕੰਮ ਆ ਉਹ 'ਚ ਬਹੁਤ ਵੱਡਾ ਪ੍ਰੋਜੈਕਟ ਆ ਉਹ ਅੱਛਾ ਜੀ ਕਿੰਨੇ ਵਾਰੇ ਲੱਗ ਗਏ ਤੁਹਾਨੂੰ ਕਰਦੇ ਆ ਉਹ 3 ਸਾਲ ਲੱਗੇ 3 ਸਾਲਾਂ ਵਿੱਚ ਪ੍ਰੋਜੈਕਟ ਕੀਤਾ ਉਹ ਕੱਲੇ ਕੱਲੇ ਪਿੰਡ 'ਚ ਗਏ ਥਾਂ ਥਾਂ 'ਤੇ ਗਏ ਕਰਕੇ ਕਿਤਾਬਾਂ ਪੜ੍ਹੀਆਂ ਰਿਗਵੇਦ ਵੀ ਪੜ੍ਹੇ ਮਤਲਬ ਕਿ ਰਮਾਇਣ ਮਤਲਬ ਪਿੱਛੇ ਤੋਂ ਚੱਕਿਆ ਸਾਰਾ ਕੁਛ ਜੀ ਜੀ ਪੁਆਧ ਦੇ ਵਿੱਚ ਕੀ ਆ ਉਹ ਪ੍ਰੋਜੈਕਟ ਹੈਗਾ ਇਹ ਉਹ ਪੰਜਾਬੀ ਯੂਨੀਵਰਸਿਟੀ ਨੇ ਕਰਾਇਆ ਮਤ ਤੋਂ ਇੱਕ ਪ੍ਰੋਜੈਕਟ ਹੈਗਾ ਪੰਜਾਬ ਦੀਆਂ ਰਿਆਸਤਾਂ 'ਤੇ ਜਿਹੜੀਆਂ ਪਟਿਆਲਾ ਰਿਆਸਤ ਸੀਗੀ ਨਾਲਾਗੜ੍ਹ ਰਿਆਸਤ ਸੀਗੀ ਕਪੂਰਥਲਾ ਰਿਆਸਤ ਸੀਗੀ ਇਹ ਰਿਆਸਤਾਂ 'ਤੇ ਕਿਤਾਬ ਲਿਖੀ ਹੈ ਪੰਜਾਬ ਦੀਆਂ ਰਿਆਸਤਾਂ 'ਤੇ ਉਹ ਵਿਸ਼ਵ ਭਾਰਤੀ ਵਾਲੇ ਨੇ ਮੇਰੇ ਤੋਂ ਪ੍ਰੋਜੈਕਟ ਕਰਾਇਆ ਉਹ ਵੀ ਛਪ ਰਿਹਾ ਇੱਕ ਨਾਵਲ ਹੈ ਬੇਅਦਬੀ ਬੇਅਦਬੀ ਨਾਵਲ ਹੈ ਕਿ ਸਿੱਖੀ ਵਿੱਚ ਨਿਘਾਰ ਹੁਣ ਤੱਕ ਕਿਵੇਂ ਆਇਆ ਇਹ ਬੇਅਦਬੀ ਜਿਹੜੀ ਬੇਅਦਬੀ ਹੁਣ ਹੋਈਆਂ ਨੇ ਉਹ ਬੇਅਦਬੀ ਨਹੀਂ ਹੈਗੀ ਸਿੱਖੀ ਵਿੱਚ ਨਿਘਾਰ ਕਿੱਦਾਂ ਜਿਵੇਂ ਤੁਹਾਡਾ ਸਵਾਲ ਸੀਗਾ ਵੀ ਇਹ ਦੂਰ ਕਿਵੇਂ ਕਰਦੇ ਲੋਕ ਉਹ ਸਿੱਖੀ ਵਿੱਚ ਨਿਘਾਰ ਦੀ ਕਹਾਣੀ ਆ ਉਹ ਨਾਵਲ ਬੇਅਦਬੀ 300 ਪੇਜ ਦਾ ਨਾਵਲ ਹੈ ਉਹ ਬੜਾ ਬਹੁਤ ਅੱਛਾ ਨਾਵਲ ਆ ਤੁਸੀਂ ਪੜੋਗੇ ਤੁਹਾਨੂੰ ਆਨੰਦ ਆਏਗਾ ਨਾਵਲ ਦੇ ਵਿੱਚ ਨਵਾਂ ਪੱਖ ਤੋਂ ਨਜ਼ਰ ਆਏਗਾ ਉਹਦੇ ਵਿੱਚ ਭਿੰਡਰਾਂ ਵਾਲੇ ਨੇ ਕਿਵੇਂ ਕੰਮ ਕੀਤਾ ਸੰਤ ਭਿੰਡਰਾਂ ਵਾਲਿਆਂ ਨੇ ਤੇ ਉਹਨਾਂ ਦਾ ਕਿਵੇਂ ਪਿਆਰ ਸੀ ਮੁਹੱਬਤ ਸੀ ਹਿੰਦੂਆਂ ਦੇ ਨਾਲ ਜਿਹਨੂੰ ਅੱਜ ਭੰਡਿਆ ਜਾਂਦਾ ਨਾ ਜੀ ਪਿੰਡਾਂ ਸੰਤ ਭਿੰਡਰਾਂ ਵਾਲਿਆਂ ਨੂੰ ਕਿ ਸੰਤ ਭਿੰਡਰਾਂ ਵਾਲੇ ਜੀ ਤਾਂ ਹਿੰਦੂਆਂ ਨੂੰ ਮਾਰਦੇ ਸੀਗੇ ਬਿਲਕੁਲ ਹੀ ਝੂਠ ਗੱਲ ਹੈ ਹਿੰਦੂਆਂ ਦੀ ਕੁੜੀਆਂ ਸਗੋਂ ਵਸਾਈਆਂ ਉਹਨਾਂ ਨੇ ਤੇ ਇਹਨਾਂ ਨੂੰ ਇੰਨਾ ਕਾਹਤੋਂ ਭੰਡਿਆ ਇਹਨਾਂ ਨੇ ਉਹ ਬਸ ਉਹਨੂੰ ਬਦਨਾਮ ਕਰਨਾ ਸੀਗਾ ਸੰਤ ਜਰਨੈਲ ਸਿੰਘ ਭਿੰਡਰਾਂ ਵਾਲੇ ਨੂੰ ਬਦਨਾਮ ਕਰਨ ਵਾਸਤੇ ਏਜੰਸੀਆਂ ਨੇ ਹਿੰਦੂ ਦੇ ਖਿਲਾਫ ਪੇਸ਼ ਕਰਤਾ ਹਿੰਦੂ ਦੇ ਖਿਲਾਫ ਬਿਲਕੁਲ ਨਹੀਂ ਸੀਗਾ ਹਿੰਦੂਆਂ ਨਾਲ ਮੋਹ ਪਿਆਰ ਸੀ ਉਹਨਾਂ ਦਾ ਬਹੁਤ ਜ਼ਿਆਦਾ ਕੁੜੀਆਂ ਬਚਾਈਆਂ ਉਹਨਾਂ ਦੀਆਂ ਕੁੜੀਆਂ ਜਿਹੜੀਆਂ ਸੀਗੀਆਂ ਹਿੰਦੂਆਂ ਦੇ ਬਚਾਈਆਂ ਕੁੜੀਆਂ ਧਨਾਡਾਂ ਤੋਂ ਸੰਤ ਭਿੰਡਰਾਂ ਵਾਲੇ ਉਹ ਲਿਖੇ ਉਹ ਤੋਂ ਨਾਵਲ ਚੱਲਣ ਜਾਊਗਾ ਉਹ ਨਾਵਲ 'ਚ ਇਤਿਹਾਸਕ ਨਾਵਲ ਆ ਜਿਹੜਾ ਤੁਸੀਂ ਆ ਅੱਗੇ ਲਿਖਿਆ ਬੇਅਦਬੀ ਬੇਅਦਬੀ 'ਚ ਉਹ 'ਚ ਸੰਤ ਭਿੰਡਰਾਂ ਵਾਲਿਆਂ ਦਾ ਵੀ ਜ਼ਿਕਰ ਆ ਭਿੰਡਰਾਂ ਵਾਲਾ ਜ਼ਿਕਰ ਉੱਥੇ ਹੈਗਾ ਉਹਦੇ ਵਿੱਚ ਬੜਾ ਪੁਰਾਣਾ 200 ਸਾਲ ਦਾ ਇਤਿਹਾਸ ਆ ਉਹਦੇ ਵਿੱਚ ਜਿਹੜਾ 84 ਦਾ ਦੌਰ ਸੀ ਉਹਦਾ ਵੀ ਹੈਗਾ ਸਾਰਾ ਵਿੱਚ ਹੈਗਾ ਹੁਣ ਤੱਕ ਹੈਗਾ ਹੁਣ ਤੱਕ ਦਾ ਇਤਿਹਾਸ ਆ ਗਿਆ ਉਹਦੇ ਵਿੱਚ ਦੋ ਮਤਲਬ ਕਿ 200 ਸਾਲ ਦਾ ਪੂਰਾ ਇਤਿਹਾਸ ਉਹਦੇ ਵਿੱਚ ਵੀ ਸਿੱਖ ਧਰਮ 'ਚ ਕਿੱਦਾਂ ਕਿੱਦਾਂ ਨਿਘਾਰ ਆਇਆ ਕੀ ਨਿਘਾਰ ਆਇਆ ਕਿੱਦਾਂ ਆਇਆ ਇੱਕ ਨਾਵਲ ਹੈਗਾ ਮੁੱਲ ਦੀਆਂ ਰਾਤਾਂ ਉਹ ਵੀ ਇੱਕ ਘਰੇਲੂ ਔਰਤ ਦਾ ਨਾਵਲ ਹੈ ਉਹ ਵੀ ਇੱਕ ਘਰ ਨੂੰ ਇੱਕ ਔਰਤ ਕਿੱਦਾਂ ਵਸਾਉਂਦੀ ਆ ਬੜਾ ਅੱਛਾ ਲਵਲੀ ਦਾ ਨਾਵਲ ਆ ਉਹ ਬੜਾ ਅੱਛਾ ਨਾਵਲ ਹੈਗਾ ਉਹ ਛਪ ਰਿਹਾ ਇੱਕ ਮੈਂ ਅੱਜ ਕੱਲ੍ਹ ਲਿਖ ਰਿਹਾ ਪੱਤਰਕਾਰਾਂ ਬਾਰੇ ਰੇਖਾ ਚਿੱਤਰ ਜਿਹੜੇ ਪੱਤਰਕਾਰ ਪੁਰਾਣੇ ਚਲੇ ਗਏ ਵਿਚਾਰੇ ਕੁਛ ਹੈਗੇ ਆ ਉਹਨਾਂ ਬਾਰੇ ਕੋਈ ਜਾਣਦਾ ਨਹੀਂ ਗਾ ਵੀ ਬੰਦੇ ਕਿਹੋ ਜਿਹੇ ਪੱਤਰਕਾਰ ਹੁੰਦੇ ਸੀਗੇ ਉਹਨਾਂ ਜ਼ਿੰਦਗੀ ਬਾਰੇ ਲਿਖ ਰਿਹਾ ਮੈਂ ਰੇਖਾ ਚਿੱਤਰ ਉਹ ਵੀ ਕਿਤਾਬ ਅਗਲੇ ਸਮੇਂ ਵਿਸ਼ਵ ਭਾਰਤੀ ਵਾਲੇ ਛਾਪ ਰਹੇ ਨੇ ਜੀ ਜੀ ਬਹੁਤ ਨਿਠਕੇ ਕੰਮ ਕੀਤਾ ਹੋਇਆ ਤੁਸੀਂ ਜਿਹੜੀਆਂ ਸਾਰੀਆਂ ਕਿਤਾਬਾਂ ਅੱਛਾ ਸਮਾਜ ਦੇ ਹਰ ਇੱਕ ਪਹਿਲੂ ਨੂੰ ਤੁਸੀਂ ਛੂਇਆ ਹੋਇਆ ਤੇ ਅੱਜ ਦੀ ਨਾ ਨਵੀਂ ਪੀੜ੍ਹੀ ਨੂੰ ਜਿਹੜੀਆਂ ਕਿਤਾਬਾਂ ਨਾਲੋਂ ਟੁੱਟੀ ਹੋਈ ਆ ਪੀੜ੍ਹੀ 30 ਸੈਕਿੰਡ ਦੀ ਨਾ ਰੀਲ ਹੁੰਦੀ ਆ ਇੰਨੇ ਕੁ ਪੇਸ਼ੈਂਸ ਨਹੀਂ ਹੈਗਾ ਬੰਦਾ 5 ਸੈਕਿੰਡ ਦੇਖਦਾ ਜੇ ਨਹੀਂ ਵਧੀਆ ਲੱਗਦੀ ਟਪਾ ਆਉਂਦਾ ਅੱਗੇ ਕਿਤਾਬ ਪੜ੍ਹਨੀ ਦੂਰ ਦੀ ਗੱਲ ਆ ਉਹਨਾਂ ਨੂੰ ਕੀ ਸੰਦੇਸ਼ ਦੇਣਾ ਚਾਹੁੰਦੇ ਜਿਹੜਾ ਪ੍ਰੋਗਰਾਮ ਆ ਨਾ ਯਾਦ ਵੇ ਮੈਂ ਤੁਹਾਨੂੰ ਦਿੰਦਾ ਮੁਬਾਰਕਬਾਦ ਦੇਣਾ ਤੁਹਾਡਾ ਪ੍ਰੋਗਰਾਮ ਘੱਟ ਤੋਂ ਘੱਟ ਇਹਨਾਂ ਨਵੇਂ ਮੁੰਡਿਆਂ ਵਿੱਚ ਨੇ ਬੱਚਿਆਂ ਵਿੱਚ ਇਹਦਾ ਸਪਸ਼ਟ ਕਰੇਗਾ ਵੀ ਯਾਰ ਪੜੋ ਇਹਨੂੰ ਹਾਂਜੀ ਇਹ ਪੜੋ ਨਵੇਂ ਚੀਜ਼ਾਂ ਨੇ ਘੱਟ ਤੋਂ ਘੱਟ ਤੁਹਾਡੇ ਪ੍ਰੋਗਰਾਮ ਮਾੜੇ ਤਾਂ ਗੱਲ 'ਚ ਕਲਿੱਕ ਹੋਏਗਾ ਦਿਮਾਗ 'ਚ ਵੀ ਪੜ੍ਹ ਲਓ ਯਾਰ ਚੰਗੇ ਰਹੋਗੇ ਤੁਸੀਂ ਇਹ ਕਿਤਾਬਾਂ ਜਿਸ ਬੰਦੇ ਨੇ ਘਰ 'ਚ ਰੱਖ ਲਈਆਂ ਜਿਸ ਨੇ ਕਿਤਾਬਾਂ ਪੜ੍ਹਨ ਲੱਗ ਪਿਆ ਉਹ ਬੰਦਾ ਹੀਰੋ ਆਪਣੀ ਲਾਈਫ ਦਾ ਕਿਤਾਬਾਂ ਇੰਨੀਆਂ ਵੱਡੀ ਚੀਜ਼ ਹੁੰਦੀਆਂ ਜੀ 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 ਸੋ ਗੁਰਨਾਮ ਸਿੰਘ ਕਿੱਦਾਂ ਜੀ ਤੁਸੀਂ ਸਾਡੇ ਵਿਹੜੇ ਆਏ ਜਸ ਦੇ ਵਿਹੜੇ ਆਏ ਸਾਹਿਤਕ ਤੰਦਾਂ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਹੋਏ ਤੁਹਾਡਾ ਬਹੁਤ ਬਹੁਤ ਧੰਨਵਾਦ ਸ਼ੁਕਰੀਆ ਜੀ ਧੰਨਵਾਦ ਸਾਹਿਤ ਤੁਹਾਡੀ ਟੀਮ ਦਾ ਸੋ ਇਹ ਸਨ ਗੁਰਨਾਮ ਸਿੰਘ ਕੀਦਾ ਜੀ ਜਿਨ੍ਹਾਂ ਦੀਆਂ ਕਿਤਾਬਾਂ ਬਾਰੇ ਤੁਹਾਨੂੰ ਮੈਂ ਜਾਣਕਾਰੀ ਦੇ ਦਿੱਤੀ ਹੈਗੀ ਆ ਤੁਸੀਂ ਮੰਗਵਾ ਸਕਦੇ ਹੈਗੇ ਹੋ ਸੋ ਅੱਜ ਦੇ ਪ੍ਰੋਗਰਾਮ ਸਾਹਿਤਕ ਤੰਦਾਂ ਵਿੱਚ ਫਿਲਹਾਲ ਅੱਜ ਦੇ ਲਈ ਇੰਨਾ ਹੀ ਅਗਲੀ ਵਾਰੀ ਫਿਰ ਕਿਸੇ ਸਾਹਿਤਕਾਰ ਨੂੰ ਨਾਲ ਲੈ ਕੇ ਤੁਹਾਡੇ ਮੁਖਾਤਿਬ ਹੋਵਾਂਗੇ ਤਦ ਤੱਕ ਆਪਣਾ ਰੱਖੋ ਖਿਆਲ ਜੁੜੇ ਰਹੋ ਜਸ ਪੰਜਾਬੀ ਦੇ ਨਾਲ ਮੈਨੂੰ ਦਿਓ ਇਜਾਜ਼ਤ ਸਤਿ ਸ਼੍ਰੀ ਅਕਾਲ